ਸਤਿ ਸ਼੍ਰੀ ਅਕਾਲ ਜੀ, ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ। ਅੱਜ ਮੇਰੇ ਨਾਲ ਜਿਹੜੇ ਐਕਸਪਰਟ ਮੌਜੂਦ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ, ਉਹਨੇ ਜੀ ਜਸਲੀਨ ਪਲੈਨਟ ਬੁਲਸ ਤੋਂ ਪਹਿਲੇ ਸਵਾਗਤ ਕਰਦੀ ਹੈ ਉਹਨਾਂ ਦਾ। ਜਸਲੀਨ, ਬਹੁਤ ਸਵਾਗਤ। ਧੰਨਵਾਦ ਜੀ। ਸੋ ਅੱਜ ਕੋਸ਼ਿਸ਼ ਕਰਾਂਗੇ ਜੀ ਤੁਹਾਡੇ ਲਈ ਜਸਲੀਨ ਦੁਆਰਾ ਜਿਹੜੀ ਇਨਫੋਰਮੇਸ਼ਨਸ ਨੇ ਉਹ ਕੈਨੇਡਾ ਸੰਬੰਧੀ ਜਿਹੜੀ ਅਪਡੇਟਸ ਲੈ ਕੇ ਆਏ ਆ ਜਸਲੀਨ ਜਾਂ ਵਿਦਾਊਟ ਆਇਲਸ ਕੰਟਰੀ ਲਈ, ਉਹ ਤੁਹਾਡੇ ਤੱਕ ਸਾਂਝੀਆਂ ਕਰ ਸਕੀਏ। ਤੁਹਾਡੇ ਮਨ ਦੇ ਵਿੱਚ ਕੋਈ ਵੀ ਡਾਊਟ, ਕੋਈ ਕਨਫਿਊਜ਼ਨ, ਕੋਈ ਸਵਾਲ ਐਸਾ ਰਹਿ ਜਾਂਦਾ ਹੈ ਜਿਹੜਾ ਮੈਂ ਡਿਸਕਸ਼ਨ ਦੇ ਵਿੱਚ ਜਸਲੀਨ ਜੀ ਤੱਕ ਸਾਂਝਾ ਨਹੀਂ ਕਰ ਪਾਇਆ, ਤੁਸੀਂ ਡਾਇਰੈਕਟ ਵੀ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ। ਜਸਲੀਨ, ਸ਼ੁਰੂਆਤ ਕਰੀਏ ਕੈਨੇਡਾ ਤੋਂ। ਆਪਣੀ ਆਫ ਦੀ ਰਿਕਾਰਡ ਗੱਲ ਚੱਲ ਰਹੀ ਸੀ, ਤੁਸੀਂ ਦੱਸ ਰਹੇ ਸੀ ਬਹੁਤ ਵਧੀਆ ਰਿਜ਼ਲਟਸ ਆ ਰਹੇ ਨੇ, ਬਹੁਤ ਵਧੀਆ ਇਸ ਟਾਈਮ ਬੱਚਿਆਂ ਨੂੰ ਰਿਸਪੋਂਸ ਦੇਖਣ ਨੂੰ ਮਿਲ ਰਿਹਾ। ਕੀ ਉਹਦਾ ਖਾਸ ਕੁਝ ਪ੍ਰੋਫਾਈਲਸ ਨੇ ਜਿਨ੍ਹਾਂ ਬਾਰੇ ਹੈ, ਜਾਂ ਹਰ ਪ੍ਰੋਫਾਈਲ ਦਾ ਜਿਹੜਾ ਪੋਜ਼ਿਟਿਵ ਰਿਜ਼ਲਟ ਆ ਰਿਹਾ? ਸਰ, ਅਗਰ ਮੈਂ ਇਸ ਟਾਈਮ ਵੇਖਦੀ ਹਾਂ ਤਾਂ, ਅਗਰ ਮੈਂ ਪ੍ਰੋਫਾਈਲ ਡਿਸਕਸ ਕਰਾਂਗੀ, ਕਾਫੀ ਸਟੂਡੈਂਟਸ ਦਾ ਜਿਹੜਾ ਰਿਜ਼ਲਟ ਹੈ ਇਸ ਟਾਈਮ ਤੇ ਵਧੀਆ ਆ ਰਿਹਾ, ਪੋਜ਼ਿਟਿਵ ਆ ਰਿਹਾ ਕੈਨੇਡਾ ਦੇ ਵਿੱਚ। ਕੈਨੇਡਾ 5.5 ਬੈਂਡ ਸੇ ਇਸ ਟਾਈਮ ਤੇ ਵੀਜ਼ਾਸ ਦੇ ਰਹੇ ਨੇ, ਤੇ ਅਗਰ ਮੈਂ ਪ੍ਰੋਫਾਈਲ ਵੇਖਦੀ ਹਾਂ ਤੇ ਕੁਝ ਬੱਚੇ ਸੀਗੇ ਜਿਹੜੇ ਕਿ ਅਸੀਂ ਵੇਖ ਰਹੇ ਹਾਂ ਜਿਨ੍ਹਾਂ ਦਾ 3 ਸਾਲ ਦਾ ਗੈਪ ਸੀਗਾ ਤੇ ਉਸ ਤੋਂ ਬਾਅਦ ਵੀ ਵੀਜ਼ਾ ਆ ਗਿਆ। ਕੁਝ ਸਟੂਡੈਂਟ ਸੀਗੇ ਜਿਨ੍ਹਾਂ ਦੇ 5.5 ਬੈਂਡ ਤੇ ਈਚ 5 ਬੈਂਡ ਸੀਗੇ ਤੇ ਪਲੱਸ ਉਹਦੇ ਨਾਲ ਉਹਨਾਂ ਦਾ ਗੈਪ ਵੀ ਸੀਗਾ ਤਾਂ ਵੀ ਵੀਜ਼ਾ ਆ ਗਿਆ। ਪਰਸੈਂਟੇਜ ਲੋਅ ਸੀਗੀ ਤਾਂ ਵੀ ਵੀਜ਼ਾ ਆ ਗਿਆ ਸਟੂਡੈਂਟਸ ਦਾ। ਮੈਡੀਕਲ ਸਟੂਡੈਂਟਸ ਦਾ ਵੀਜ਼ਾਜ਼ ਆਏ ਨੇ ਤੇ ਮਤਲਬ ਕੋਈ ਐਵੇਂ ਦੀ, ਇਸ ਸਮੇਂ ਮੈਂ ਕਹਾਂਗੀ ਕਿ ਬਹੁਤ ਅੱਛਾ ਚੱਲ ਰਿਹਾ, ਸੌਫਟ ਰੂਲਸ ਦੇ ਨਾਲ ਮੈਂ ਕਹਿ ਸਕਦੀ ਹਾਂ। ਤੁਸੀਂ ਜਿਹੜੇ ਅਗਰ ਫੰਡਸ ਦੇਖੋਗੇ ਬੱਚਿਆਂ ਨੇ, ਫੰਡਸ ਵੀ ਆਪਣੇ ਦੱਸਿਆ ਕਿ ਅਸੀਂ 14 ਲੱਖ ਰੁਪਏ ਸ਼ੋਅ ਕੀਤਾ, ਸਿਰਫ 14 ਲੱਖ ਸ਼ੋਅ ਕਰਕੇ ਬੱਚਿਆਂ ਡਿਪਲੋਮਾ ਦੇ ਵਿੱਚ ਕੈਨੇਡਾ ਦੇ ਵੀਜ਼ਾਜ਼ ਆਏ ਨੇ। ਤੇ ਸਟੂਡੈਂਟਸ ਜਿਹੜੇ ਵੀਜ਼ਾਜ਼ ਹੈਗੇ ਨੇ, ਅਸੀਂ ਆਫਿਸ ਦੇ ਵਿੱਚ ਜਿਹੜੇ ਕਿ ਤੁਸੀਂ ਵੀਜ਼ਾਜ਼ ਆ ਕੇ ਵੇਖ ਸਕਦੇ ਹੋ, ਕੋਸ਼ਿਸ਼ ਕੀਤੀ ਹੈ ਕੁਝ ਸਟੂਡੈਂਟਸ ਤੁਹਾਡੇ ਸਾਹਮਣੇ ਲੈ ਕੇ ਆ ਸਕੀਏ, ਸ਼ੋਅ ਦੇ ਵਿੱਚ ਲੈ ਕੇ ਆ ਸਕੀਏ। ਐਪਲੀਕੈਂਟਸ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਵੀਜ਼ਾਜ਼ ਆਏ ਨੇ ਇਸ ਟਾਈਮ ਤੇ, ਕਾਫੀ ਖੁਸ਼ ਨੇ। ਅਸੀਂ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਹਰ ਬੱਚਾ ਕੈਮਰਾ ਫੇਸ ਨਹੀਂ ਕਰ ਸਕਦਾ, ਤੇ ਜਿਹੜੇ ਸਟੂਡੈਂਟ ਨੇ ਕੋਸ਼ਿਸ਼ ਕਰੀ ਤੇ ਆਪਣਾ ਥੋੜਾ ਬਹੁਤ ਆਪਣਾ ਬਾਰੇ ਦੱਸ ਸਕੇ, ਇੰਟਰਵਿਊ ਦੇ ਸਕੇ, ਉਹਨਾਂ ਬੱਚਿਆਂ ਦੇ ਇੰਟਰਵਿਊਜ਼ ਪ੍ਰਪੇਅਰ ਕਰਵਾਏ, ਤੇ ਤੁਸੀਂ ਬੱਚਿਆਂ ਦੇ ਇੰਟਰਵਿਊਜ਼ ਵੇਖ ਸਕਦੇ ਹੋ ਕਿ ਹਾਂਜੀ ਵੀਜ਼ਾ ਆਉਣ ਤੋਂ ਬਾਅਦ ਖੁਸ਼ੀ। ਇੰਟਰਵਿਊਜ਼ ਕਹਿ ਲਈਏ, ਸਟਿਮੂਲਸ ਕਹਿ ਲਈਏ, ਬਾਈਟ ਕਹਿ ਲਈਏ, ਇਹ ਉਹ ਥੋੜਾ ਜਿਹਾ ਬੱਚਿਆਂ ਨੂੰ ਕੌਨਫੀਡੈਂਟਲੀ ਜਵਾਬ ਮਿਲ ਜਾਂਦਾ ਉਹਨਾਂ ਸਟੂਡੈਂਟਸ ਦੁਆਰਾ ਜਿਹੜੇ ਆਲਰੇਡੀ ਇਸ ਚੀਜ਼ ਤੋਂ ਪੋਜ਼ਿਟਿਵ ਰਿਜ਼ਲਟ ਆ ਚੁੱਕੇ। ਹਾਂਜੀ, ਕਿਉਂਕਿ ਮੈਂ ਪਿਛਲੇ ਵੀ ਪ੍ਰੋਮਿਸ ਕੀਤਾ ਸੀ ਕਿ ਜਿਨ੍ਹਾਂ ਬੱਚਿਆਂ ਦੇ ਵੀਜ਼ਾਜ਼ ਆਏ ਨੇ ਉਹਨਾਂ ਨੂੰ ਲੈ ਕੇ ਮੈਂ ਹਾਜ਼ਰ ਹੋਵਾਂਗੀ, ਕੁਝ ਬੱਚਿਆਂ ਦੀ ਵੀਡੀਓਜ਼ ਅਸੀਂ ਤੁਹਾਨੂੰ ਦਿਖਾਵਾਂਗੇ, ਕਿਉਂਕਿ ਕੁਝ ਐਵੇਂ ਦੇ ਐਪਲੀਕੈਂਟਸ ਵੀ ਹੋਣਗੇ ਜਿਹੜਾ ਇੱਕ ਐਪਲੀਕੈਂਟ ਆਪਣੇ ਸ਼ਹਿਰ ਦਾ ਨਾਮ ਦੱਸਦਾ ਹੈ, ਕੁਝ ਦੱਸਦਾ ਹੈ, ਕੁਝ ਐਪਲੀਕੈਂਟ ਜਾਣਦੇ ਵੀ ਹੁੰਦੇ ਨੇ ਕਿ ਮੇਰੇ ਸਕੂਲਮੇਟ ਹੈ ਜਾਂ ਮੇਰੇ ਕਾਲਜ ਮੇਟ ਸੀਗੀ ਜਿਹਦਾ ਵੀਜ਼ਾ ਆਇਆ, ਤੇ ਬੀਟੈਕ ਵਾਲੇ ਬੱਚੇ ਜਾਂ ਗ੍ਰੈਜੂਏਟ ਵਾਲੇ ਬੱਚੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਸੀਗੀ ਉਹਨਾਂ ਦੇ ਵੀਜ਼ਾਜ਼ ਆਏ ਡਿਪਲੋਮਾ ਦੇ ਵਿੱਚ, ਕਾਫੀ ਹੱਦ ਤੱਕ ਸਟੂਡੈਂਟਸ ਦੇ ਡਾਊਟ ਕਲੀਅਰ ਹੋ ਜਾਣਗੇ। ਔਰ ਅਗਰ ਬੱਚੇ ਹੋਰ ਪ੍ਰੋਫਾਈਲ ਵੇਖਣਾ ਚਾਹੁੰਦੇ ਆ, ਵੀਜ਼ਾ ਵੇਖਣਾ ਚਾਹੁੰਦੇ ਆ, ਆਫਿਸ ਆ ਕੇ ਵੇਖ ਸਕਦੇ ਨੇ। ਜਸਲੀਨ, ਜਿਹੜੇ ਪ੍ਰੋਫਾਈਲਸ ਦੇਖਣੇ ਆ ਬੱਚਿਆਂ ਨੇ, ਹੁਣ ਕਈ ਜਗ੍ਹਾ ਹੁੰਦਾ ਬੱਚੇ ਜਾ ਕੇ ਕੁਐਸਚਨ ਹੀ ਨਹੀਂ ਕਰਦੇ, ਉਹ ਤੁਹਾਡੀ ਕੰਪਨੀ ਵੱਲੋਂ ਆਪਣੇ ਆਪ ਦਿਖਾਏ ਜਾਣਗੇ ਵੀ ਦੇਖੋ ਤੁਹਾਡੇ ਨਾਲ ਪ੍ਰੋਫਾਈਲ ਮੈਚ ਕਰਦੀ ਹੈ, ਇਹਦੇ ਆਇਲਸ ਐਂਡ ਪਰਸੈਂਟੇਜ ਅਪਰੋਕਸੀਮੇਟਲੀ ਤੁਹਾਡੇ ਜਿੰਨੇ ਨੇ, ਕਿਉਂਕਿ ਸੇਮ ਤਾਂ ਨਹੀਂ ਹੁੰਦਾ ਕੋਈ ਵੀ, ਕੀ ਪ੍ਰੋਸੀਜਰ ਰਹਿੰਦਾ ਇਹਦਾ? ਬਿਲਕੁਲ, ਇਹਦੇ ਵਿੱਚ ਦੱਸਿਆ ਜਾਂਦਾ ਕਿ ਦੇਖੋ ਤੁਹਾਡੀ ਡਾਕੂਮੈਂਟੇਸ਼ਨ ਕੀ ਮੰਗੀ ਗਈ ਹੈ। ਅੱਜ ਦੀ ਡੇਟ ਵਿੱਚ ਐਪਲੀਕੈਂਟ ਨੂੰ ਇਹ ਜ਼ਰੂਰ ਕਲੀਅਰ ਹੋ ਗਿਆ ਕਿ ਜਨਰਲ ਦੇ ਵਿੱਚ ਵੀਜ਼ਾਜ਼ ਆ ਰਹੇ ਨੇ, ਬਟ ਇਸ ਟਾਈਮ ਤੇ ਆਪਣੇ ਪ੍ਰੋਫਾਈਲ ਨੂੰ ਲੈ ਕੇ ਡਾਊਟ ਵਿੱਚ ਨੇ। ਪ੍ਰੋਫਾਈਲ ਜਦੋਂ ਸਟੂਡੈਂਟ ਸਾਡੇ ਕੋਲ ਆਉਂਦਾ ਹੈ, ਤੁਹਾਡਾ ਵੀਜ਼ਾ ਆਉਣ ਤੇ ਹੀ ਸਾਨੂੰ ਬੈਨੀਫਿਟ ਹੈ। ਜੋ ਤੁਸੀਂ ਡਾਕੂਮੈਂਟ ਲੈ ਕੇ ਆਉਂਦੇ ਹੋ, ਸਾਨੂੰ ਸ਼ੋਅ ਕਰਦੇ ਹੋ, ਤੇ ਡਾਕੂਮੈਂਟ ਦੇਖ ਕੇ ਸਾਨੂੰ ਦੱਸਦੇ ਆ ਕਿ ਹਾਂ ਤੁਹਾਡਾ ਵੀਜ਼ਾ ਆਉਣ ਦੇ ਕਿੰਨੇ ਚਾਂਸ ਹੈਗੇ ਨੇ। ਇੱਕ ਰਿਫਿਊਜ਼ਲ ਕੇਸ, ਅਸੀਂ ਹਮੇਸ਼ਾ ਕਹਿੰਦੇ ਆ, ਮੈਂ ਤੁਹਾਨੂੰ ਹਮੇਸ਼ਾ ਦੱਸ ਦਈਏ ਕਿ ਰਿਫਿਊਜ਼ਲ ਆਉਣਾ ਕੋਈ ਕ੍ਰਾਈਮ ਨਹੀਂ ਹੈ। ਅਗਰ ਤੁਹਾਡੀ ਰਿਫਿਊਜ਼ਲ ਆਈ ਹੈ, ਅਗਰ ਇੰਬੈਸੀ ਆਫਿਸਰ ਨੇ ਕਿਸੇ ਵੀ ਡਾਕੂਮੈਂਟ ਕਰਕੇ ਰਿਜੈਕਸ਼ਨ ਲਾਈ ਹੈ, ਤੇ ਉਸ ਡਾਕੂਮੈਂਟ ਨੂੰ ਐਕੂਰੇਟ ਕਰਕੇ ਅਸੀਂ ਦੁਬਾਰਾ ਫਾਈਲ ਲਾ ਸਕਦੇ ਹਾਂ। ਤੇ ਰਿਫਿਊਜ਼ਲ ਦਾ ਜਿਹੜਾ ਕਾਰਨ ਹੈਗਾ, ਉਹਨੂੰ ਚੈੱਕ ਕਰਨਾ ਪੈਂਦਾ ਕਿ ਕੋਰਸ ਦੇ ਕਰਕੇ ਰਿਫਿਊਜ਼ਲ ਆਈ ਹੈ ਤੁਹਾਡੀ, ਜਾਂ ਕੋਈ ਫੰਡਸ ਦੇ ਨਾਲ ਕੋਈ ਪ੍ਰੋਬਲਮ ਆਈ ਹੈ ਤੇ ਉਹਦੇ ਕਰਕੇ ਤੁਹਾਡੀ ਰਿਫਿਊਜ਼ਲ ਆਈ ਹੈ, ਉਸ ਚੀਜ਼ ਨੂੰ ਐਕੂਰੇਟ ਕਰਕੇ ਉਸਦੀ ਕਾਰਟ ਕੱਢ ਕੇ ਦੁਬਾਰਾ ਫਾਈਲ ਲਾ ਕੇ ਅਸੀਂ ਵੀਜ਼ਾ ਲੈ ਸਕਦੇ ਹਾਂ ਜਨਰਲ ਦੇ ਵਿੱਚ। ਰਿਫਿਊਜ਼ਲ ਵਾਲੇ ਬੱਚਿਆਂ ਦੇ ਵੀ ਵੀਜ਼ਾਜ਼ ਆਏ ਨੇ, ਮੈਂ ਕਹਾਂ ਜਿਹੜੇ ਬੱਚੇ ਨਿਰਾਸ਼ ਸੀਗੇ, ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਇੱਕ ਫਾਰਮੈਲਿਟੀ ਕਰ ਰਹੇ ਆ ਫਾਈਲ ਲਾ ਕੇ, ਪਰ ਮੰਨ ਦੇ ਵਿੱਚ 99% ਸ਼ੋਰਟੀ ਲੈ ਕੇ ਚੱਲ ਰਿਹਾ ਸੀ ਕਿ ਵੀਜ਼ਾ ਦੇ ਚਾਂਸਿਸ ਬਹੁਤ ਘੱਟ ਨੇ। ਇੱਕ ਜਿਹੜਾ ਕਿ ਬੱਚਿਆਂ ਦੇ, ਜਦੋਂ ਉਹਨਾਂ ਬੱਚਿਆਂ ਦੇ ਵੀਜ਼ਾਜ਼ ਆਏ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਕੈਨੇਡਾ ਤੁਸੀਂ ਸਟੱਡੀ ਕਰਨ ਲਈ ਜਾ ਰਹੇ ਹੋ, ਇੱਕ ਪਲੱਸ 2 ਪਾਸ ਬੱਚਾ ਜਿਹੜਾ ਕਿ ਜਿਹਦੇ 5.5 ਬੈਂਡ ਹੈ, ਉਹ ਕਾਫੀ ਉਹ ਜਿਹੜਾ ਕੈਪੇਬਲ ਹੈ ਕੈਨੇਡਾ ਵਿੱਚ ਸਟੱਡੀ ਕਰਨ ਦੇ ਲਈ, ਤੇ ਉਹਦੇ ਵੀਜ਼ਾ ਲੈਣ ਦੇ ਵਿੱਚ ਕੰਸਲਟੈਂਟ ਦਾ ਵੀ ਇੱਕ ਹੱਥ ਹੁੰਦਾ, ਕਿਉਂਕਿ ਡਾਕੂਮੈਂਟੇਸ਼ਨ ਜਿਹੜੇ ਹੈਗੇ ਨੇ ਉਸ ਤਰੀਕੇ ਨਾਲ ਲੱਗਨੇ ਕੰਸਲਟੈਂਟ ਦੇ ਹੱਥ ਵਿੱਚ ਹੁੰਦੇ ਨੇ। ਐਸਓਪੀ ਬਣਨੀ ਹੈ, ਸਟੇਟਮੈਂਟ ਆਫ ਪਰਪਸ, ਉਹ ਕੰਸਲਟੈਂਟ ਨੇ ਹੀ ਸਹੀ ਤਰੀਕੇ ਨਾਲ ਬਣਾਉਣੀ ਹੈ। ਐਸਓਪੀ ਸਟਰੋਂਗ ਹੋਣੀ ਚਾਹੀਦੀ ਹੈ, ਕਿਉਂਕਿ ਸਟੇਟਮੈਂਟ ਆਫ ਪਰਪਸ ਦੇ ਵਿੱਚ ਤੁਹਾਡੀ ਪੂਰੀ ਡਿਟੇਲ ਦਿੱਤੀ ਜਾਂਦੀ ਹੈ। ਬੱਚੇ ਨੇ ਇਸ ਈਅਰ 'ਚ 10th ਕੀਤੀ, ਇਸ ਈਅਰ 'ਚ ਪਲੱਸ 2 ਕੀਤੀ,
ਬਟ ਜਿਹੜਾ ਬੱਚਾ ਇਹਦੇ 'ਚ ਇਨਵੋਲਵਮੈਂਟ ਹੀ ਨਹੀਂ ਰੱਖਦਾ ਉਸ ਚੀਜ਼ ਬਾਰੇ ਮੈਂ ਜ਼ਰੂਰ ਚਾਹੂੰਗਾ ਬੱਚੇ ਨੂੰ ਪਤਾ ਲੱਗ ਸਕੇ ਜਿਹੜੇ ਇਹ ਸੋਚ ਰਹੇ ਵੀ ਸ਼ਾਇਦ ਏਜੰਟ ਸਾਰਾ ਕੁਝ ਕਰ ਦੇਗਾ ਉਹਨੂੰ ਕੀ ਨੁਕਸਾਨ ਹੋ ਸਕਦਾ ਬਿਲਕੁਲ ਨੁਕਸਾਨ ਹੋ ਸਕਦਾ ਕਿ ਇੱਕ SOP ਜੇਕਰ ਤੁਹਾਨੂੰ ਪੂਰੀ ਕਲੀਅਰ ਆਪਣੇ ਬਾਰੇ ਪਤਾ ਹੈ ਤੇ ਤੁਸੀਂ ਕੋਈ ਵੀ ਜਿਹੜੀ ਸਾਰੀ ਡਿਟੇਲ ਹੈ ਤੁਹਾਨੂੰ ਪਤਾ ਹੁੰਦਾ ਕਿ ਮੈਂ ਕੀ ਫਾਈਲ ਦੇ ਵਿੱਚ ਲਾਇਆ ਸੀਗਾ ਕਾਫੀ ਐਪਲੀਕੈਂਟ ਮੈਂ ਦੇਖੇ ਜਿਹਨਾਂ ਦੀ ਰਿਫਿਊਜ਼ਲ ਆਈ ਆਫਿਸ ਆਏ ਤੁਹਾਡੀ ਰਿਫਿਊਜ਼ਲ ਆਈ ਹੈ ਕਿਹੜੀ ਕੰਟਰੀ ਤੋਂ ਆਈ ਹੈ ਮੈਮ ਰਿਫਿਊਜ਼ਲ ਲੈਟਰ ਸਾਡੇ ਕੋਲ ਹੈਗੀ ਨਹੀਂ ਹੈ ਉਹ ਤਾਂ ਕੰਸਲਟੈਂਟ ਕੋਲ ਪਈ ਹੈ ਉਹ ਤਾਂ ਅਸੀਂ ਲਿੱਤੀ ਨਹੀਂ ਹੈ ਤੁਸੀਂ ਕਿਉਂ ਨਹੀਂ ਲਿੱਤੀ ਤੇ ਉਹ ਬੱਚਾ ਨੂੰ ਨੌਲੇਜ ਨਹੀਂ ਹੈ ਕਿ ਹਾਂਜੀ ਮੇਰੀ ਰਿਫਿਊਜ਼ਲ ਲੈਟਰ ਨੈਕਸਟ ਕੇਸ ਦੇ ਵਿੱਚ ਨਾਲ ਲੱਗਣੀ ਹੈ ਬੱਚਾ ਐਪਲੀਕੈਂਟ ਸੋਚਦਾ ਕਿ ਮੈਂ ਇਹਨੂੰ ਹਾਈਡ ਕਰਨਾ ਜਦਕਿ ਹਾਈਡ ਕਰਨਾ ਨੈਗੇਟਿਵ ਰਹੇਗਾ ਕੇਸ ਦੇ ਲਈ ਅਗਰ ਤੁਸੀਂ ਕੁਝ ਵੀ ਆਪਣੀ ਜਿਹੜੀ ਰਿਫਿਊਜ਼ਲ ਨੂੰ ਸ਼ੋ ਕਰਦੇ ਹੋ ਤਾਂ ਪੋਜ਼ਿਟਿਵ ਕਰਦਾ ਕੇਸ ਨੂੰ ਜਿਹੜਾ ਕਿ ਸਟਰੋਂਗ ਕਰਦਾ ਕੇਸ ਨੂੰ ਮੈਂ ਕਹਾਂਗੀ ਤੁਸੀਂ ਆਪਣੀ ਰਿਫਿਊਜ਼ਲ ਲੈਟਰ ਨਾਲ ਲਾਓ ਆਪਣੀ ਜੋ ਵੀ ਪ੍ਰੀਵੀਅਸ ਡਿਟੇਲਾਂ ਨੂੰ ਦੱਸੋ ਤੁਸੀਂ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ ਜ਼ਰੂਰ ਤੁਹਾਨੂੰ ਦੱਸਣਾ ਚਾਹੀਦਾ ਹੈ ਕਈ ਵਾਰ ਹੁੰਦਾ ਐਪਲੀਕੈਂਟ ਨੇ ਪਹਿਲਾਂ ਜਿਹੜਾ ਕਿ ਨੋਨ ਆਈਲੈਸ ਕੰਟਰੀ ਵਿੱਚ ਅਪਲਾਈ ਕੀਤਾ ਹੁੰਦਾ ਰਿਫਿਊਜ਼ਲ ਆਈ ਹੁੰਦੀ ਹੈ ਜਾਂ ਨਿਊਜ਼ੀਲੈਂਡ ਅਪਲਾਈ ਕੀਤਾ ਸੀ ਰਿਫਿਊਜ਼ਲ ਆਈ ਹੋਈ ਸੀ ਇੱਕ ਐਪਲੀਕੈਂਟ ਜਿਹੜੀ ਸਟੂਡੈਂਟ ਹੈ ਕੁੜੀ ਜਿਹਨਾਂ ਦਾ ਅਸੀਂ ਅਪਲਾਈ ਜਿਹੜਾ ਕਿ ਵੀਜ਼ਾ ਸ਼ੋ ਕਰਨਾ ਦਿਖਾਉਣਾ ਬੱਚੇ ਨੂੰ ਸਟੂਡੈਂਟ ਦਾ ਆਇਆ ਹੋਇਆ ਤੇ ਨਿਊਜ਼ੀਲੈਂਡ ਤੋਂ ਰਿਫਿਊਜ਼ਲ ਆਈ ਹੋਈ ਸੀਗੀ ਤੇ ਉਸ ਤੋਂ ਉਹਨੇ ਦੁਆਰਾ ਕੈਨੇਡਾ ਅਪਲਾਈ ਕੀਤਾ ਤੇ ਵੀਜ਼ਾ ਆ ਗਿਆ ਐਪਲੀਕੈਂਟ ਦਾ ਤੇ ਕੋਈ ਐਵੇਂ ਦੀ ਪ੍ਰੋਬਲਮ ਨਹੀਂ ਹੈ ਤੁਹਾਡਾ ਕੇਸ ਜਿਹੜਾ ਹੈਗਾ ਉਹ ਇੱਕ ਸਹੀ ਤਰੀਕੇ ਨਾਲ ਲੱਗਣਾ ਚਾਹੀਦਾ ਟੈਕਨੀਕਲ ਤਰੀਕੇ ਨਾਲ ਫਾਈਲਿੰਗ ਹੋਣੀ ਚਾਹੀਦੀ ਹੈ ਤੇ ਕੈਨੇਡਾ ਕੀ ਆ ਕਿਸੇ ਵੀ ਕੰਟਰੀ ਵਿੱਚ ਤੁਹਾਡਾ ਵੀਜ਼ਾ ਆ ਸਕਦਾ SOP ਦੀ ਇੰਪੋਰਟੈਂਸ ਦੀ ਜੇ ਗੱਲ ਕਰੀਏ ਇੱਕ ਬੱਚੇ ਲਈ ਕੀ ਰਹਿੰਦੀ ਹੈ ਕੀ ਹੈ ਥੋੜਾ ਜਿਹਾ SOP ਤੋਂ ਆਪਾਂ ਸ਼ੁਰੂ ਕਰੀਏ ਬੇਸ ਤੋਂ ਕਿਉਂਕਿ ਬੱਚੇ ਨੇ ਜਦੋਂ ਵੀਜ਼ਾ ਲੈਣਾ ਹੈ ਇੱਕ ਇੱਕ ਡਾਕੂਮੈਂਟਸ ਕਰਕੇ ਉਹਨੂੰ ਇੰਪੋਰਟੈਂਸ ਪਤਾ ਹੋਣੀ ਚਾਹੀਦੀ ਹੈ ਕੀ ਇੰਪੋਰਟੈਂਸ ਰਹਿੰਦੀ ਹੈ ਬੱਚੇ ਦੀ SOP ਜਿਹੜਾ ਹੈਗਾ ਸਟੇਟਮੈਂਟ ਆਫ ਪਰਪਸ ਡਾਕੂਮੈਂਟ ਹੈ ਜਿਹਦੇ ਵਿੱਚ ਤੁਸੀਂ ਆਪਣਾ ਡਿਟੇਲ ਲਿਖਦੇ ਹੋ ਜੋ ਵੀ ਡਿਟੇਲ ਹੈਗੀ ਹੈ ਉਹ ਕਲੀਅਰ ਲਿਖਦੇ ਹੋ ਆਪਣੀ ਸਾਰੀ ਡਿਟੇਲ 10th ਪਲੱਸ 2 ਤੁਹਾਡੇ ਰਿਫਿਊਜ਼ਲ ਦਾ ਕਾਰਨ ਕੀ ਸੀਗਾ ਤੁਸੀਂ ਫੰਡਸ ਕਿੰਨੇ ਸ਼ੋ ਕਰ ਰਹੇ ਹੋ ਪਹਿਲਾਂ ਅਗਰ ਰਿਫਿਊਜ਼ਲ ਆਈ ਸੀ ਕਿਉਂ ਆਈ ਸੀਗੀ ਤੇ ਨਾਲ ਹੀ ਤੁਸੀਂ ਅੱਗੇ ਜਿਹੜਾ ਕੋਰਸ ਕਰਨ ਜਾ ਰਹੇ ਹੋ ਕਿਉਂ ਕਰਨ ਜਾ ਰਹੇ ਹੋ ਕੈਨੇਡਾ ਹੀ ਕਿਉਂ ਚੂਜ਼ ਕੀਤਾ ਕੈਨੇਡਾ ਵਿੱਚ ਹੀ ਕਿਉਂ ਜਾਣਾ ਚਾਹੁੰਦੇ ਹੋ ਤੇ ਉਸ ਕੰਟਰੀ ਵਿੱਚ ਉਹ ਕੋਰਸ ਕਿਉਂ ਕਰਨਾ ਚਾਹੁੰਦੇ ਹੋ ਉਸ ਕੋਰਸ ਦੀ ਜਿਹੜੀ ਕਿ ਸਾਰੀ ਡਿਟੇਲ ਤੁਹਾਡੇ ਕੋਲ ਹੋਣੀ ਚਾਹੀਦੀ ਕਿੰਨੇ ਸਮੈਸਟਰ ਹੈਗੇ ਨੇ ਕੋਰਸ ਦੇ ਵਿੱਚ ਤੇ ਇਹ ਡਿਟੇਲ ਸਾਰੀ ਹੈਗੀ ਹੈ SOP ਦੀ ਜਿਹੜੀ ਤੁਸੀਂ ਨਾਲ ਲਿਖਦੇ ਹੋ ਕਰਦੇ ਹੋ ਤੇ ਇਹਦੇ ਨਾਲ ਹੀ ਜਦੋਂ ਵੀ ਐਪਲੀਕੈਂਟ ਆ ਉਹਦੇ ਮਾਈਂਡ ਵਿੱਚ ਇਹ ਹੁੰਦਾ ਕਿ ਹਾਂਜੀ ਜਿਹੜੀ SOP ਆ ਉਹ ਮੈਂ ਹੀ ਲਿਖਣੀ ਆ ਹਾਂਜੀ ਉਹ ਸਟੂਡੈਂਟ ਹੀ ਲਿਖੇਗਾ ਕੰਸਲਟੈਂਟ ਉਹਨੂੰ ਗਾਈਡ ਕਰਦਾ ਤੇ ਜਦੋਂ ਇੱਕ ਐਪਲੀਕੈਂਟ ਸਾਡੇ ਕੋਲ ਆਉਂਦਾ ਡਾਕੂਮੈਂਟੇਸ਼ਨ ਨਾਲ ਲੈ ਕੇ ਆਉਂਦਾ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਡੇ ਕੋਈ ਚਾਰਜਸ ਨਹੀਂ ਹੈ ਫ੍ਰੀ ਆਫ ਕੋਸਟ ਕਾਉਂਸਲਿੰਗ ਹੈ ਤੁਸੀਂ ਚਾਹੇ ਸਾਡੇ ਕੋਲ 10 ਵਾਰ ਆਓ ਅਸੀਂ ਤੁਹਾਡੇ ਤੋਂ ਕੋਈ ਪੈਸੇ ਨਹੀਂ ਲਵਾਂਗੇ ਤੁਹਾਨੂੰ ਕਲੀਅਰ ਦੱਸਾਂਗੇ ਕੱਲ ਨੂੰ ਜਦੋਂ ਤੁਸੀਂ ਅਪਲਾਈ ਕਰੋਗੇ ਦੈਨ ਤੁਹਾਨੂੰ ਪ੍ਰੋਸੈਸ ਸ਼ੁਰੂ ਹੋਏਗਾ ਤੁਹਾਨੂੰ ਆਪਣੀ ਆਫ ਲੈਟਰ ਦੇ ਚਾਰਜਸ ਦੇਣੇ ਨੇ ਫੀਸ ਦੇਣੀ ਹੈ ਉਸ ਤੋਂ ਪ੍ਰੋਸੈਸ ਸ਼ੁਰੂ ਹੁੰਦਾ ਬਟ ਪਹਿਲਾਂ ਅਗਰ ਤੁਸੀਂ ਕੋਈ ਪੁੱਛਣ ਆਏ ਹੋ ਅਸੈਸਮੈਂਟ ਦੇ ਉਹਦੇ ਕੋਈ ਚਾਰਜਸ ਨਹੀਂ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਅਪਲਾਈ ਕਰ ਲੈਂਦੇ ਹੋ ਫਿਰ ਆਫ ਲੈਟਰ ਆਉਣ ਤੋਂ ਬਾਅਦ ਜਿਹੜੇ ਕਿ ਇਸ ਆਪਰੇਸ਼ਨ ਡਿਪਾਰਟਮੈਂਟ ਹੈ ਜੋ ਤੁਹਾਨੂੰ ਹਰ ਡਾਕੂਮੈਂਟ ਦੇ ਬਾਰੇ ਵਿੱਚ ਕਲੀਅਰ ਦੱਸਦਾ ਹੈ ਡੀਪਲੀ ਦੱਸਦਾ ਹੈ ਕਿ ਹਾਂਜੀ ਤੁਹਾਡੇ ਜਿਹੜੇ ਫੰਡਸ ਆ ਉਹ ਇਸ ਫਾਰਮੈਟ ਦੇ ਵਿੱਚ ਚਾਹੀਦੇ ਨੇ ਤੁਹਾਡੇ ਜਿਹੜੀ ਇਹ ਡਿਟੇਲ ਹੈ ਉਹ ਇਸ ਫਾਰਮੈਟ 'ਚ ਚਾਹੀਦੀ ਹੈ ਤੁਸੀਂ ਅਗਰ ਮੈਡੀਕਲ ਲਾ ਰਹੇ ਹੋ ਤੇ ਐਵੇਂ ਮੈਡੀਕਲ ਹੋਏਗਾ ਇੱਥੋਂ ਮੈਡੀਕਲ ਹੋਏਗਾ ਮਤਲਬ ਤੁਹਾਡੀ ਪੂਰੀ ਹੈਲਪ ਕਰਦੇ ਆ A to Z ਫਾਈਲ ਤੱਕ ਫਾਈਲਿੰਗ ਤੱਕ ਤੁਹਾਡੀ ਤੇ ਉਹ ਡਾਕੂਮੈਂਟੇਸ਼ਨ ਲੱਗਣ ਤੋਂ ਬਾਅਦ ਫਾਈਲਿੰਗ ਟੀਮ ਤੁਹਾਡੀ ਫਾਈਲ ਚੈੱਕ ਕਰਦੀ ਹੈ ਦੈਨ ਉਸ ਤੋਂ ਬਾਅਦ ਹੈੱਡ ਆਫ ਡਿਪਾਰਟਮੈਂਟ ਤੁਹਾਡੀ ਫਾਈਲ ਚੈੱਕ ਕਰਦਾ ਐਂਡ ਦੈਨ ਉਸ ਤੋਂ ਬਾਅਦ ਉਹ ਫਾਈਲ ਜਿਹੜੀ ਅੱਗੇ ਇੰਬੈਸੀ ਦੇ ਵਿੱਚ ਜਾਂਦੀ ਹੈ ਮਤਲਬ ਸਟੈਪ ਬਾਈ ਸਟੈਪ ਜਿਹੜਾ ਪ੍ਰੋਸੀਜਰ ਬਣਿਆ ਹੈ ਬਿਲਕੁਲ ਸਟੈਪ ਬਾਈ ਸਟੈਪ ਕਿਸੇ ਨੇ ਕੋਸ਼ਿਸ਼ ਕੀਤੀ ਜਾਂਦੀ ਹੈ ਸਰ ਓਬਵੀਅਸਲੀ ਇਹ ਵੀ ਕਹਿੰਦੇ ਕਿ ਜਿਹੜੇ ਬੱਚੇ ਨੇ ਕੈਨੇਡਾ ਜਾਣਾ ਉਹਦੇ ਲਈ ਚੰਡੀਗੜ੍ਹ ਕੋਈ ਦੂਰ ਨਹੀਂ ਹੈ ਬਟ ਇਹ ਵੀ ਵੇਖਿਆ ਜਾਂਦਾ ਹੈ ਕਿ ਜਿਵੇਂ ਕਾਫੀ ਬੱਚਿਆਂ ਦੇ ਜਿਹੜੇ ਸ਼ਹਿਰ ਹੈਗੇ ਨੇ ਦੂਰ ਵੀ ਹੈਗੇ ਨੇ 8-8 ਘੰਟੇ ਦਾ ਸਫ਼ਰ ਵੀ ਹੈਗਾ ਇੱਕ ਸੇਫਟੀ ਪਰਪਸ ਵੀ ਵੇਖਣਾ ਪੈਂਦਾ ਤੇ ਉਸ ਅਕੋਰਡਿੰਗ ਅਸੀਂ ਸਟੂਡੈਂਟਸ ਨੂੰ ਕਹਿੰਦੇ ਆ ਜਿਹੜੇ ਸਾਜਰੇ ਨਿਕਲਦੇ ਨੇ ਸਵੇਰੇ ਨਿਕਲਦੇ ਨੇ ਘਰੋਂ ਸਾਨੂੰ ਅਪਾਇੰਟਮੈਂਟ ਲੈ ਕੇ ਮਿਲਣ ਆਂਦੇ ਸਾਨੂੰ ਮਿਲ ਕੇ ਉਸ ਤੋਂ ਅਸੀਂ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਜਦੋਂ ਦੁਬਾਰਾ ਪ੍ਰੋਸੈਸ ਲਈ ਬੁਲਾਣਾ ਤੇ 1 ਜਾਂ 2 ਜਾਂ 3 ਮੀਟਿੰਗਸ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਏ ਜਿਹਦੇ ਵਿੱਚ ਉਹਨਾਂ ਦਾ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਏ ਫਾਈਲ ਲੱਗ ਜਾਏ ਉਹਨਾਂ ਨੂੰ ਹਰਾਸਮੈਂਟ ਜਾਂ ਪ੍ਰੋਸੀਜਰ ਜਿਵੇਂ ਅੱਜ ਕਰੀਏ ਤਾਂ ਆਪਾਂ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਆ ਈਮੇਲਸ ਨੇ ਬਿਲਕੁਲ ਬੱਚਾ ਸਕੈਨ ਕਰਕੇ ਤੁਹਾਨੂੰ ਈਮੇਲ ਕਰਦਾ ਮੈਂ ਮੈਨੂੰ ਆਪਸ਼ਨਸ ਦੱਸ ਦਿਓ ਉਹ ਵੀ ਆਪਸ਼ਨ ਅਸੈਸਮੈਂਟ ਐਜ਼ ਆ ਫੋਨ ਤੇ ਕੀਤੀ ਜਾ ਸਕਦੀ ਹੈ ਵੀ ਤੁਸੀਂ ਆਏ ਕਾਲਜਿਸ ਦੀ ਆਪਸ਼ਨ ਨੇ ਤੁਸੀਂ ਜਦੋਂ ਮਰਜ਼ੀ ਇਹਦੇ ਵਿੱਚ ਆਪਣਾ ਪ੍ਰੋਸੀਜਰ ਕਰਵਾ ਸਕਦੇ ਹੋ ਬਿਲਕੁਲ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਗਰ ਜਿੱਥੋਂ ਤੱਕ ਸਾਨੂੰ ਡਾਕੂਮੈਂਟਸ ਈਮੇਲਸ ਵਿੱਚ ਸਾਨੂੰ ਚਾਹੀਦੇ ਨੇ ਅਸੀਂ ਮੰਗਵਾ ਲੈਂਦੇ ਹਾਂ ਪਰ ਜਿੱਥੇ ਸਾਨੂੰ ਲੱਗਦਾ ਕਿ ਬੱਚੇ ਨੂੰ ਫਾਰਮੈਟ 'ਚ ਪ੍ਰੋਬਲਮ ਆ ਰਹੀ ਹੈ ਸਮਝਣ 'ਚ ਪ੍ਰੋਬਲਮ ਆ ਰਹੀ ਹੈ ਤੇ ਜ਼ਰੂਰ ਬੁਲਾਇਆ ਜਾਂਦਾ ਹੈ ਕਾਫੀ ਹੱਦ ਤੱਕ ਕੋਸ਼ਿਸ਼ ਕਰਦੇ ਹਾਂ ਕਿ ਫੋਨ ਤੇ ਈਮੇਲ ਦੇ ਰਾਹੀਂ ਸਾਰੀ ਜਿਹੜੀ ਕਨਫਿਊਜ਼ਨਸ ਆ ਬੱਚਿਆਂ ਦੀ ਦੂਰ ਕੀਤੀ ਜਾਏ ਬਟ ਅਗਰ ਕਿਤੇ 1% ਡਾਊਟ ਹੁੰਦਾ ਹੈ ਤੇ ਅਸੀਂ ਰਿਸਕ ਨਹੀਂ ਲੈਂਦੇ ਫਿਰ ਸਟੂਡੈਂਟ ਨੂੰ ਬੁਲਾਉਂਦੇ ਹਾਂ ਦੈਨ ਉਸ ਤੋਂ ਬਾਅਦ ਕਲੀਅਰ ਕਰਦੇ ਹਾਂ ਕਿ ਇਸ ਅਕੋਰਡਿੰਗ ਤੁਸੀਂ ਸਾਨੂੰ ਡਾਕੂਮੈਂਟ ਦੇਣਾ ਹੈ ਮੈਂ ਕਹਾਂਗੀ ਸਿਰਫ 3 ਮੀਟਿੰਗਸ ਦੇ ਵਿੱਚ ਬੱਚਿਆਂ ਨੂੰ ਫਸਟ ਜਦੋਂ ਆ ਰਹੇ ਨੇ ਆਫ ਲੈਟਰ
ਬਹੁਤ ਵਧੀਆ ਰਿਜ਼ਲਟਸ ਦੇਖਣ ਨੂੰ ਮਿਲੇ ਆ, ਚਾਹੇ ਜਿਸ ਤਰ੍ਹਾਂ ਦੀ ਮਰਜ਼ੀ ਪ੍ਰੋਫਾਈਲ ਸੀਗੀਆਂ। ਕਈ ਵਾਰ ਤਾਂ ਇਹ ਵੀ ਸੁਣਨ ਦਾ ਵਿਚਾਰ ਹੈ ਵੀ ਦੋ ਦੋ ਤਿੰਨ ਤਿੰਨ ਵਾਰੀ ਰਿਜੈਕਟਡ ਜਿਹੜੇ ਬੱਚੇ ਸੀਗੇ ਉਹਨਾਂ ਦੇ ਵੀ ਵੀਜ਼ਾ ਆਏ। ਬਿਲਕੁਲ ਬਿਲਕੁਲ, ਕੋਈ ਖਾਸ ਰੀਜ਼ਨ ਇਹਦੇ ਪਿੱਛੇ ਜਿਹੜਾ ਦੇਖ ਰਹੇ ਹੋ? ਸਰ ਇਹਦੇ ਵਿੱਚ ਦੇਖੋ ਕੈਨੇਡਾ ਵਿੱਚ ਜਦੋਂ ਵੀ ਇੱਕ ਕਾਲਜਿਸ ਹੈਗੇ ਨੇ ਉੱਥੇ ਇੱਕ ਸੀਟਸ ਨੇ ਤੁਹਾਡੇ ਜਿਹੜੇ ਇੰਡੀਅਨ ਸਟੂਡੈਂਟਸ ਦੀ, ਅਤੇ ਉਹ ਜਿਹੜੇ ਸੀਟਸ ਹੈਗੇ ਨੇ ਜਦੋਂ ਉਹ ਜ਼ਿਆਦਾ ਹੈਗੀਆਂ ਨੇ ਅਵੇਲੇਬਲ ਨੇ, ਅਤੇ ਉਸ ਅਕੋਰਡਿੰਗ ਇੰਬੈਸੀ ਆਫਿਸਰ ਵੀ ਤੁਹਾਨੂੰ ਵੀਜ਼ਾ ਦੇਣਾ ਚਾਹੁੰਦੇ ਨੇ, ਉਹ ਵੀ ਚਾਹੁੰਦੇ ਨੇ ਤੁਸੀਂ ਉੱਥੇ ਪੜ੍ਹਨ ਜਾਓ, ਪਰ ਉਸ ਅਕੋਰਡਿੰਗ ਪ੍ਰੋਫਾਈਲ ਹੋਣਾ ਵੀ ਜ਼ਰੂਰੀ ਹੈ। ਅਗਰ ਮੈਂ ਇੱਕ ਐਪਲੀਕੈਂਟ ਦੀ ਫਾਈਲ ਆ ਰਹੀ ਹਾਂ ਅਤੇ ਉਹ ਸਹੀ ਤਰੀਕੇ ਨਾਲ ਨਹੀਂ ਲਾਊਂਗੀ, ਫਿਰ ਚਾਹੇ ਉੱਥੇ ਜੇ ਮਰਜ਼ੀ ਰਿਕੁਆਇਰਮੈਂਟਸ ਹੋਣ ਤੁਹਾਡਾ ਵੀਜ਼ਾ ਨਹੀਂ ਲੱਗੇਗਾ। ਬਟ ਅਕੋਰਡਿੰਗ ਟੂ ਚੈੱਕਲਿਸਟ, ਅਗਰ ਇੱਕ ਚੈੱਕਲਿਸਟ ਐਮਬੈਸੀ ਆਫਿਸਰ ਨੇ ਦਿੱਤੀ ਹੈ, ਉਸ ਅਕੋਰਡਿੰਗ ਡਾਕੂਮੈਂਟੇਸ਼ਨ ਮੰਗੇ ਗਏ ਨੇ, ਅਤੇ ਐਮਬੈਸੀ ਵੀ ਚਾਹੁੰਦੀ ਤੁਹਾਨੂੰ ਤੁਹਾਡਾ ਵੀਜ਼ਾ ਆਏ, ਬਟ ਉਹਦੇ ਵਿੱਚ ਤੁਹਾਨੂੰ ਉਸ ਅਕੋਰਡਿੰਗ ਆਪਣੀ ਜਿਹੜੀ ਡਾਕੂਮੈਂਟੇਸ਼ਨ ਹੈ ਉਹ ਫੁਲਫਿਲ ਕਰਨੇ ਪੈਂਦੇ ਨੇ, ਬਿਕਾਜ਼ ਫੰਡਸ ਜਿੰਨੇ ਮੰਗੇ ਗਏ ਨੇ ਉਹਨੇ ਦਿਖਾਉਣੇ ਪੈਂਦੇ ਨੇ। ਫੰਡਸ ਦਾ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਫਾਈਲਿੰਗ ਦੇ ਵਿੱਚ, ਬਿਕਾਜ਼ ਜਿੰਨੇ ਫੰਡਸ ਤੁਸੀਂ ਸ਼ੋਅ ਕਰ ਰਹੇ ਹੋ ਉਹਨੇ ਫੰਡਸ ਨਾਲ ਕੋਈ ਛੇੜਾਛਾੜੀ ਨਹੀਂ ਹੋਣੀ ਚਾਹੀਦੀ ਹੈ। ਅਗਰ ਤੁਹਾਨੂੰ ਕਿਹਾ ਗਿਆ ਕਿ ਤੁਸੀਂ 15 ਲੱਖ ਸ਼ੋਅ ਕਰਨਾ ਹੈ ਅਤੇ ਉਹ 15 ਲੱਖ ਜਦੋਂ ਸ਼ੋਅ ਕਰ ਰਹੇ ਹੋ ਤੁਸੀਂ, ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਆ, ਤਦ ਤੱਕ ਤੁਸੀਂ ਉਹ ਪੈਸੇ ਨਹੀਂ ਕਢਾ ਸਕਦੇ ਹੋ। ਅਗਰ ਤੁਸੀਂ ਡਿਪੋਜ਼ਿਟ ਕਰਾਉਣਾ ਹੈ ਡਿਪੋਜ਼ਿਟ ਕਰਵਾ ਸਕਦੇ ਹੋ, 15 ਲੱਖ ਤੋਂ ਵੱਧ ਅਮਾਊਂਟ ਹੈਗੀ ਹੈ ਬੈਂਕ ਦੇ ਵਿੱਚ, ਮੰਨ ਲਓ 20 ਲੱਖ ਪਈ ਹੈ 30 ਲੱਖ ਪਈ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, ਪਰ ਉਸ 15 ਲੱਖ ਨਾਲ ਕੋਈ ਛੇੜਛਾੜੀ ਨਹੀਂ ਹੋਣੀ ਚਾਹੀਦੀ ਹੈ। ਉਸ ਅਕੋਰਡਿੰਗ ਤੁਹਾਨੂੰ ਧਿਆਨ ਰੱਖਣਾ ਪੈਂਦਾ, ਕਿਉਂਕਿ ਇੱਕ ਫੰਡਸ ਦੇ ਬੇਸ ਤੇ ਚੈੱਕ ਕੀਤਾ ਜਾਂਦਾ ਹੈ ਕਿ ਅੱਗੇ ਜਦੋਂ ਬੱਚਾ ਪੜ੍ਹਨ ਜਾਏਗਾ ਤਾਂ ਪੇਰੈਂਟਸ ਜਿਹੜੇ ਹੈਗੇ ਨੇ ਉਹ ਨੈਕਸਟ ਫੀਸ ਅਫੋਰਡ ਕਰ ਸਕਦੇ ਅਫੋਰਡੇਬਿਲਟੀ ਜਿਹੜੀ ਹੈ ਬੇਸਿਕਲੀ ਫੰਡਸ ਦੇ ਵਿੱਚ ਦੇਖੀ ਜਾਂਦੀ ਹੈ। ਬਿਲਕੁਲ। ਹੁਣ ਜਿਹੜੇ ਕਈ ਵਾਰੀ ਹੁੰਦਾ ਵੀ ਰਿਜੈਕਟਡ ਬੱਚੇ ਨੇ ਐਸਪੀਪੀ ਕੀਤਾ ਉਸ ਤੋਂ ਬਾਅਦ ਰਿਜੈਕਟ ਹੋ ਗਿਆ, ਜੀਆਈਸੀ ਵਾਪਸ ਮੰਗਾਉਣਗੇ ਜਾਂ ਉਸੇ ਜੀਆਈਸੀ ਨਾਲ ਦੁਬਾਰਾ ਜਿਹੜਾ ਪ੍ਰੋਸੀਜਰ ਚੱਲ ਸਕੇਗਾ? ਬਿਲਕੁਲ, ਅਗਰ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ, ਇਹਨਾਂ ਬੱਚਿਆਂ ਦੀ ਰਿਫਿਊਜ਼ਲ ਆ ਗਈ, ਉਹ ਜੀਆਈਸੀ ਨਾਲ ਦਿਖਾ ਸਕਦੇ ਨੇ, ਵਾਪਸ ਮੰਗਾਉਣ ਦੀ ਲੋੜ ਨਹੀਂ ਹੈ। ਉਹ ਜੀਆਈਸੀ ਵੀ ਤੁਹਾਡੇ ਫੰਡਸ ਦੇ ਵਿੱਚ ਕਾਊਂਟ ਹੋਏਗੀ, ਉਸ ਜੀਆਈਸੀ ਅਕਾਊਂਟ ਦੇ ਨਾਲ ਵੀ ਤੁਸੀਂ ਜਿਹੜਾ ਆਪਣਾ ਜਨਰਲ ਕੈਟੇਗਰੀ ਦੇ ਵਿੱਚ ਨੋਨ ਐਸਪੀਪੀ ਦੇ ਵਿੱਚ ਅਪਲਾਈ ਕਰ ਸਕਦੇ ਹੋ, ਕੋਈ ਐਵੇਂ ਦੀ ਪ੍ਰੋਬਲਮ ਨਹੀਂ ਹੈ। ਕੋਈ ਖਾਸ ਗੱਲਬਾਤ ਕੈਨੇਡਾ ਬਾਰੇ? ਕੈਨੇਡਾ ਬਾਰੇ ਮੈਂ ਇਹ ਕਹਾਂਗੀ, ਦੇਖੋ ਇਸ ਟਾਈਮ ਤੇ ਜਿਵੇਂ ਕਿ ਰੂਲਸ ਕਾਫੀ ਠੀਕ ਨੇ, ਤੁਸੀਂ ਇੱਕ ਨਾਰਮਲ ਫੰਡਸ ਦੇ ਨਾਲ 13 ਤੋਂ 14 ਲੱਖ ਰੁਪਏ ਦਿਖਾ ਕੇ 5.5 ਦੇ ਨਾਲ ਈਚ ਮੋਡਿਊਲ 5 ਜਿਨ੍ਹਾਂ ਬੱਚਿਆਂ ਦੇ ਹੈਗੇ ਨੇ, ਜਾਂ ਜਿਨ੍ਹਾਂ ਬੱਚਿਆਂ ਦੇ 6 ਬੈਂਡ ਹੈ ਫਿਰ ਵੀ ਈਚ 5 ਹੈਗੇ ਨੇ, ਉਹ ਵੀ ਜਨਰਲ ਦੇ ਵਿੱਚ ਅਪਲਾਈ ਕਰਨਗੇ। ਸਭ ਕੁਝ ਆਈਲੈਟਸ ਤੇ ਡਿਪੈਂਡ ਨਹੀਂ ਆ, ਗੈਪ ਜ਼ਿਆਦਾ ਹੈ ਅਗਰ ਤੁਹਾਡਾ 1 ਜਾਂ 2 ਸਾਲ ਦਾ ਗੈਪ ਹੈਗਾ ਤਾਂ ਵੀ ਤੁਸੀਂ ਜਨਰਲ ਦੇ ਵਿੱਚ ਅਪਲਾਈ ਕਰ ਸਕਦੇ ਹੋ, ਅਤੇ ਇਸ ਟਾਈਮ ਜਿਹੜਾ ਤੁਸੀਂ ਸਟੂਡੈਂਟਸ ਜਿਹੜੇ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਨੇ, ਅਤੇ ਅਗਰ ਅਪਲਾਈ ਕਰਨਾ ਚਾਹੁੰਦੇ ਆਪਣਾ ਟਾਈਮ ਖਰਾਬ ਨਾ ਕਰਦੇ ਹੋਏ, ਜਲਦ ਤੋਂ ਜਲਦ ਅਪਲਾਈ ਕਰਨ। ਜੀ, ਸੋ ਕੋਈ ਵੀ ਮਨ ਦੇ ਵੀ ਸਵਾਲ ਹੈ ਤੁਸੀਂ ਸਾਂਝਾ ਕਰ ਸਕਦੇ ਹੋ। ਮੇਰੇ ਨਾਲ ਇੱਥੇ ਮੌਜੂਦ ਨੇ ਕੁਝ ਸਟੂਡੈਂਟਸ, ਜਿਵੇਂ ਜਸਲੀਨ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ ਵੀ ਅਸੀਂ ਮਿਲਾਉਣਾ ਚਾਹੁੰਦੇ ਹਾਂ ਜਿਹੜੇ ਸਟੂਡੈਂਟਸ ਦੇ ਵੀਜ਼ਾਸ ਆਏ ਨੇ, ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ, ਕਿੱਦਾਂ ਦੀ ਉਹਨਾਂ ਦੀ ਸੋਚ ਰਹੀ, ਕਿੱਦਾਂ ਪਲੈਨਟ ਬੁੱਲਸ ਬਾਰੇ ਆਪਣੇ ਕੀ ਵਿਚਾਰ ਰੱਖਦੇ ਨੇ, ਉਹ ਤੁਹਾਡੇ ਤੱਕ ਸ਼ੇਅਰ ਕਰਨਾ ਚਾਹੁੰਦੇ ਹਾਂ, ਆਓ ਮਿਲਦੇ ਹਾਂ ਕੁਝ ਸਟੂਡੈਂਟਸ ਨੂੰ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਮਨ ਆ, ਮੈਂ ਲੁਧਿਆਣੇ ਦੀ ਰਹਿਣ ਵਾਲੀ ਹਾਂ, ਨੀਅਰ ਮੱਛੀਵਾੜਾ ਸਾਈਡ, ਅਤੇ ਮੈਂ +2 ਤੋਂ 2015 ਦੇ ਵਿੱਚ ਪਾਸ ਆਊਟ ਕਰ ਲਈ ਸੀਗੀ, ਅਤੇ ਮੈਂ ਉਹਦੇ ਬਾਅਦ ਵਿੱਚ ਆਇਲਸ ਕੀਤੀ, ਮੇਰੇ ਓਵਰਆਲ 6 ਬੈਂਡ ਆਏ ਬਟ 1 ਮੋਡਿਊਲ ਦੇ ਵਿੱਚ 5 ਆਏ, ਅਤੇ ਮੈਂ ਆਪਣਾ ਨਿਊਜ਼ੀਲੈਂਡ ਦਾ ਕੇਸ ਲਾਇਆ ਸੀ ਬਟ ਮੇਰੀ ਉਹਦੇ 'ਤੇ ਫੰਡਸ ਦੇ ਉੱਤੇ ਰਿਫਿਊਜ਼ਲ ਆ ਗਈ, ਅਤੇ ਫਿਰ ਉਹਦੇ ਬਾਅਦ ਵਿੱਚ ਮੈਂ ਪਲੈਨਟ ਬੋਲਸ ਵਾਲਿਆਂ ਦੀ ਟੀ ਵੀ ਉੱਤੇ ਐਡ ਦੇਖੀ ਜਸਲੀਨ ਮੈਮ ਦੀ, ਮੈਂ ਇਹਨਾਂ ਦੇ ਆਫਿਸ ਵਿਜ਼ਿਟ ਕੀਤਾ, ਇਹਨਾਂ ਨੇ ਮੈਨੂੰ ਬਹੁਤ ਵਧੀਆ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਅਤੇ ਮੈਨੂੰ ਬਹੁਤ ਚੰਗੀ ਤਰ੍ਹਾਂ ਗਾਈਡ ਕੀਤਾ, ਅਤੇ ਉਹਦੇ ਬਾਅਦ ਵਿੱਚ ਹੁਣ ਮੇਰੇ ਕੋਲ ਕੈਨੇਡਾ ਦਾ ਵੀਜ਼ਾ ਆ ਚੁੱਕਾ, ਤੁਸੀਂ ਦੇਖ ਸਕਦੇ ਹੋ, ਅਸੀਂ ਬਹੁਤ ਖੁਸ਼ ਹਾਂ। ਬਟ ਅਸੀਂ ਹੋਰ ਵੀ ਕੰਸਲਟੈਂਟਸ ਦੇ ਵਿਜ਼ਿਟ ਕੀਤਾ ਸੀ ਅਤੇ ਉਹਨਾਂ ਨੇ ਕਿਹਾ ਵੀ ਤੁਹਾਡਾ 5 ਇੱਕ ਮੋਡਿਊਲ ਦੇ ਵਿੱਚ 5 ਨੇ ਅਤੇ ਤੁਹਾਡਾ ਵੀਜ਼ਾ ਨਹੀਂ ਲੱਗ ਸਕਦਾ, ਬਟ ਅੱਜ ਮੇਰੇ ਕੋਲ ਮੇਰਾ ਵੀਜ਼ਾ ਹੈਗਾ, ਰਿਫਿਊਜ਼ਲ ਦੇ ਬਾਵਜੂਦ ਵੀ ਇਹਨਾਂ ਨੇ ਮੈਨੂੰ ਵੀਜ਼ਾ ਦਿਵਾਇਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਮਨਪ੍ਰੀਤ ਸਿੰਘ, ਪਿੰਡ ਲਾਂਡਰਾਂ, ਤਹਿਸੀਲ ਅਤੇ ਡਿਸਟ੍ਰਿਕਟ ਮੋਹਾਲੀ। ਮੈਂ +2 2014 ਈਅਰ 'ਚ ਪਾਸ ਕੀਤੀ ਹੈ ਜੀ, ਅਤੇ ਮੇਰੇ ਆਈਲੈਟਸ 'ਚ 5.5 ਬੈਂਡ ਸੀਗੇ, ਇਹ ਮੇਰਾ ਆਈਲੈਟਸ ਦਾ ਸਕੋਰ ਕਾਰਡ ਹੈ ਜੀ, ਅਤੇ ਮੈਂ ਬਹੁਤ ਜਗ੍ਹਾ ਟਰਾਈ ਕੀਤਾ ਅਤੇ ਮੈਨੂੰ ਜ਼ਿਆਦਾਤਰ ਕੰਸਲਟੈਂਟ ਨੇ ਕਿਹਾ ਵੀ ਤੇਰਾ ਵੀਜ਼ਾ ਨਹੀਂ ਆਉਣਾ, 5.5 ਬੈਂਡ 'ਤੇ ਮੁਸ਼ਕਿਲ ਹੁੰਦੀ ਆ। ਅਤੇ ਫਿਰ ਦੂਜੇ ਦਿਨ ਮੈਂ ਆਪਣੇ ਫਾਦਰ ਸਾਹਿਬ ਨਾਲ ਪਲੈਨਟ ਬੁਲਸ ਗਿਆ ਅਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਇਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਤੇਰਾ ਵੀਜ਼ਾ ਜਲਦੀ ਤੋਂ ਜਲਦੀ ਅਸੀਂ ਮੰਗਾਵਾਂਗੇ, ਅਤੇ ਇਹਨਾਂ ਨੇ ਮੇਰੇ ਕਾਗਜ਼ ਪੱਤਰ ਵਧੀਆ ਤਰੀਕੇ ਨਾਲ ਰੇਡੀ ਕਰਵਾਏ, ਜਲਦੀ ਤੋਂ ਜਲਦੀ ਅਸੀਂ ਸਾਰੇ ਕਾਗਜ਼ ਪੱਤਰ ਰੇਡੀ ਕਰਕੇ ਸਾਰਾ ਪ੍ਰੋਸੈਸ ਓਕੇ ਕੀਤਾ। ਅੱਜ ਮੇਰਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਆ ਚੁੱਕਿਆ ਜੀ, ਅਤੇ ਮੈਨੂੰ ਪਲੈਨਟ ਬੁਲਸ ਨੇ ਬਹੁਤ ਵਧੀਆ ਗਾਈਡ ਕੀਤਾ ਜੀ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੇਕਰ ਕਿਸੇ ਹੋਰ ਬੱਚੇ ਨੇ ਕੈਨੇਡਾ ਦਾ ਵੀਜ਼ਾ ਲਾਉਣਾ ਹੋਵੇ ਤਾਂ ਇੱਕ ਵਾਰੀ ਪਲੀਜ਼ ਆ ਕੇ ਪਲੈਨਟ ਬੁਲਸ ਕੋਲ ਮਿਲੋ ਅਤੇ ਇੱਕ ਵਾਰੀ ਇਹਨਾਂ ਦੀ ਸਲਾਹ ਜ਼ਰੂਰ ਲਵੋ, ਬਹੁਤ ਵਧੀਆ ਗਾਈਡ ਕਰਦੇ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ, ਇੱਕ ਵਾਰੀ ਜ਼ਰੂਰ ਆ ਕੇ ਮਿਲੋ। ਮੈਂ ਸਿਮਰਜੀਤ ਸਿੰਘ, ਮੈਂ ਬਠਿੰਡਾ ਰਹਿਣ ਵਾਲਾ ਹਾਂ।
मैं अपने टीवी उत्ते प्लैनड बुक्स की एड वेखी तो मैं मोहाली विजिट किया। मेरे ओवरऑल 6 बैंड से बट ईच मोड्यूल 5 बैंड से। मैं जनरल कैटेगरी में अपलाई करना चाहता सी। मैंने प्लैनड बुक्स तो बहुत वधिया सर्विसिज मिली, मैंने उन्होंने टाइम टू टाइम गाइड किया। हुण मैं अपना कैनेडा का वीज़ा हासिल कर चुका। जो बच्चे जनरल कैटेगरी में अपलाई करना चाहते हैं वो प्लैनड बुक्स तो अपलाई कर सकते हैं। तुम ये मेरा वीज़ा वेख सकते हो। मेरा नाम बबनप्रीत कौर, मैं बरनाला शहर तो हाँ। मैं टीवी दे विच एड देखी सी प्लैनेट बुल्स दी। मेरे 5.5 बैंड हैं ते मैं जनरल कैटेगरी च अप्लाई करना चाहती सी। ते अज मैनू बहुत खुशी हो रही है दसदे हुए कि मेरा कैनेडा का वीज़ा आ चुका है। तो तुसी देख सकते हो कि मेरा कैनेडा का वीज़ा लग चुका है। तो मैं बहुत सारे कंसल्टेंट कोल गई सी बट किसी ने भी अप्लाई करन दा नहीं दस्या मैनू। बट जब मैं प्लैनेट बुल्स दी एड वेखी टीवी ते तां मैनू बहुत ਵਧੀਆ ਗਾਈਡੈਂਸ ਮਿਲੀ ਇੱਥੋਂ। ਬਹੁਤ ਵਧੀਆ ਇਹਨਾਂ ਦੀ ਪਰਫੋਰਮੈਂਸ ਆ। ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇਹਨਾਂ ਤੋਂ ਕਿਉਂਕਿ ਮੇਰੀ ਲਾਈਫ ਦਾ ਸਾਰਿਆਂ ਨੂੰ ਵੱਡਾ ਡਿਸੀਜ਼ਨ ਸੀ ਇਹ ਅਤੇ ਇਹਨਾਂ ਨੇ ਇਸ ਨੂੰ ਪੂਰਾ ਕਰਕੇ ਵਿਖਾਇਆ। ਅਤੇ ਇਹਨਾਂ ਦਾ ਪਲੈਨ ਉਸ ਦਾ ਬਹੁਤ ਬਹੁਤ ਥੈਂਕ ਯੂ। ਐਂਡ ਔਲਸੋ ਬਾਕੀ ਸਾਰੇ ਬੱਚਿਆਂ ਨੂੰ ਮੈਂ ਇਹ ਦੱਸਣਾ ਚਾਹੁੰਦੀ ਹਾਂ ਜੇ ਤੁਹਾਡੇ 5.5 ਨੇ ਜਾਂ ਕਿਸੇ 'ਚੋਂ ਇੱਕ 'ਚੋਂ ਵੀ 5 ਨੇ ਜਾਂ ਕੋਈ ਵੀ ਗੈਪ ਆ ਤਾਂ ਤੁਸੀਂ ਪਲੈਨ ਬੁਸ ਤੋਂ ਆ ਕੇ ਅਪਲਾਈ ਕਰ ਸਕਦੇ ਹੋ। ਇਹ ਬਹੁਤ ਹੀ ਭਰੋਸੇਮੰਦ ਕੰਸਲਟੈਂਟ ਨੇ। ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇਹਨਾਂ ਦੇ ਕੰਮ ਤੋਂ ਵੀ ਅਤੇ ਸਾਰੇ ਪਾਸਿਓਂ ਬਹੁਤ ਵਧੀਆ ਹਨ। ਜੈਨੂਇਨ ਕੰਮ ਹੈ ਇਹਨਾਂ ਦਾ। ਅਤੇ ਥੈਂਕ ਯੂ ਸੋ ਮੱਚ ਪਲੈਨਟ ਬੁਲਸ। ਅਤੇ ਇੱਕ ਵਾਰ ਫਿਰ ਤੁਸੀਂ ਮੇਰਾ ਵੀਜ਼ਾ ਦੇਖ ਸਕਦੇ ਹੋ। ਥੈਂਕ ਯੂ ਸੋ ਮੱਚ। ਮੇਰਾ ਨਾਮ ਹਰਸਿਮਰਨ ਸਿੰਘ ਹੈ, ਮੈਂ ਰੋਪੜ ਤੋਂ ਬਿਲੋਂਗ ਕਰਦਾ ਹੈ। ਅਤੇ ਮੈਂ ਆਪਣਾ ਟੀਵੀ ਵਿੱਚ ਪਲੈਨਟ ਬੁਲਸ ਦੀ ਐਡ ਦੇਖੀ ਸੀਗੀ ਜਸਲੀਨ ਮੈਮ ਦੀ। ਅਤੇ ਮੈਂ ਉੱਥੇ ਫੋਨ ਕੀਤਾ ਇੱਥੇ ਪਲੈਨਟ ਬੁਲਸ, ਅਤੇ ਉਹਨੇ ਫਿਰ ਮੈਨੂੰ ਇੱਥੇ ਔਫਿਸ ਬੁਲਾਇਆ ਅਤੇ ਉੱਥੇ ਮੈਨੂੰ ਗਾਈਡੈਂਸ ਦਿੱਤੀ। ਅਤੇ ਮੈਂ ਆਪਣਾ ਡਾਕੂਮੈਂਟੇਸ਼ਨ ਸਾਰੀ ਦਿਖਾਈ ਅਤੇ ਇਹਨੇ ਮੈਨੂੰ ਦੱਸਿਆ ਕਿ ਮੈਂ ਜਨਰਲ ਕੈਟੇਗਰੀ ਵਿੱਚ ਜਾ ਸਕਦੇ। ਅਤੇ ਮੇਰੇ ਓਵਰ ਆਇਲਸ ਵਿੱਚ ਓਵਰਆਲ 6 ਬੈਂਡ ਸੀ ਅਤੇ ਈਚ ਮੋਡਿਊਲ 5 ਸੀ। ਔਰ ਮੈਨੇ ਮੈਨੂੰ ਵਧੀਆ ਕਾਲਜ ਔਰ ਵਧੀਆ ਕੋਰਸ ਦਿੱਤਾ ਅਤੇ ਮੈਂ ਇਹਦੀ ਸਬਸਿਡੀ ਨਾਲ ਬਹੁਤ ਖੁਸ਼ ਹੈ। ਮੇਰਾ ਅੱਜ ਵੀਜ਼ਾ ਆ ਚੁੱਕਿਆ ਹੈ। ਤੁਸੀਂ ਮੇਰਾ ਵੀਜ਼ਾ ਵੇਖ ਸਕਦੇ ਹੋ। ਜੇ ਕਿਸੇ ਨੇ ਜਨਰਲ ਕੈਟੇਗਰੀ ਵਿੱਚ ਆਪਣਾ ਵੀਜ਼ਾ ਲਗਵਾਉਣਾ ਤਾਂ ਪਲੈਨਟ ਬੁਲਸ ਤੋਂ ਲਗਵਾਓ। ਸੋ ਇਹ ਸੀ ਜੋ ਸਟੂਡੈਂਟ ਜਿਨ੍ਹਾਂ ਨੇ ਵੀਜ਼ਾਸ ਲਏ ਔਰ ਆਪਣਾ ਐਕਸਪੀਰੀਅੰਸ ਪਲੈਨਟ ਬੁਲਸ ਬਾਰੇ, ਉਹਨਾਂ ਦੀ ਸਰਵਿਸਿਜ਼ ਬਾਰੇ ਤੁਹਾਡੇ ਤੱਕ ਸ਼ੇਅਰ ਕੀਤਾ। ਜਿਸ ਚੀਜ਼ ਮੈਂ ਥੋੜ੍ਹਾ ਜਿਹਾ ਚਾਹੂੰਗਾ ਇਹਨਾਂ ਪ੍ਰੋਫਾਈਲਸ ਬਾਰੇ ਤੁਸੀਂ ਵੀ ਜਾਣਨਾ ਪਾਓ। ਹਾਂਜੀ, ਜਿਵੇਂ ਤੁਸੀਂ ਪ੍ਰੋਫਾਈਲ ਵੇਖਣੇ ਅਤੇ ਇਹਦੇ ਵਿੱਚ ਕੁਛ ਦੋ ਮੈਡੀਕਲ ਸਟੂਡੈਂਟ ਸੀਗੇ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਅਤੇ 1 ਸਾਲ ਦਾ ਗੈਪ ਸੀਗਾ। ਇੱਕ ਸਟੂਡੈਂਟ ਸੀਗੇ ਜਿਨ੍ਹਾਂ ਦਾ ਰਿਫਿਊਜ਼ਲ ਆਇਆ ਹੋਇਆ ਸੀਗਾ ਅਤੇ ਰਿਫਿਊਜ਼ਲ ਤੋਂ ਬਾਅਦ ਉਹਨਾਂ ਨੇ ਅਪਲਾਈ ਕੀਤਾ ਸੀਗਾ। ਅਤੇ ਨਾਲ ਹੀ ਜਿਹੜੇ ਹੈਗੇ ਨੇ ਇੱਕ ਸਟੂਡੈਂਟ ਸੀਗੇ ਜਿਨ੍ਹਾਂ ਦਾ ਗੈਪ ਸੀਗਾ ਅਤੇ ਗੈਪ ਦੇ ਨਾਲ ਅਪਲਾਈ ਕੀਤਾ ਅਤੇ ਵੀਜ਼ਾ ਆ ਗਿਆ। ਕਾਫੀ ਅਤੇ ਸਰ ਇਸ ਤੋਂ ਵੀ ਅਗਰ ਮੈਂ ਦਿਖਾਵਾਂ ਜਿਹੜੇ ਸ਼ੋਅ ਵਿੱਚ ਨਹੀਂ ਅਸੀਂ ਸ਼ੋਅ ਕਰ ਪਾ ਰਹੇ ਹਾਂ, ਟਾਈਮ ਨਹੀਂ ਹੈ, ਤੁਸੀਂ ਪਰ ਆ ਕੇ ਦੇਖ ਸਕਦੇ ਹੋ। ਬੱਚਿਆਂ ਦਾ 3 ਸਾਲ ਦਾ ਗੈਪ ਸੀਗਾ, ਜੋਬ ਕੀਤੀ ਹੋਈ ਸੀ ਅਤੇ ਵੀਜ਼ਾ ਆ ਗਿਆ ਬੱਚਿਆਂ ਦਾ ਅਤੇ ਕੋਈ ਐਵੇਂ ਦੀ ਪ੍ਰੋਬਲਮ ਨਹੀਂ ਆ ਰਹੀ ਹੈ। ਤੁਹਾਡਾ ਅਗਰ ਮਕਸਦ ਪੜ੍ਹਾਈ ਕਰਨਾ ਹੈਗਾ, ਜੈਨੂਇਨ ਡਾਕੂਮੈਂਟ ਤੁਸੀਂ ਸ਼ੋਅ ਕਰਦੇ ਹੋ ਤੇ 99% ਤੁਸੀਂ ਕੈਨੇਡਾ ਦੇ ਵਿੱਚ ਵੀਜ਼ਾ ਲੈ ਸਕਦੇ ਹੋ ਇਸ ਟਾਈਮ ਤੇ। ਸੋ ਕੋਈ ਮਨ ਦੇ ਵਿੱਚ ਸਵਾਲ ਤੁਹਾਡੇ ਕੈਨੇਡਾ ਨੂੰ ਲੈ ਕੇ ਆ ਰਹੇ ਜੀ, ਸਾਂਝਾ ਕਰ ਸਕਦੇ ਹੋ। ਜਸਲੀਨ ਦੇ ਨੰਬਰ ਚੱਲ ਰਹੇ ਨੇ, ਉਹਨਾਂ ਦੇ ਟੀਮ ਦੇ ਨੰਬਰਾਂ ਤੇ ਕਾਲ ਕਰਕੇ ਰਾਬਤਾ ਕਾਇਮ ਕਰਕੇ ਫੋਨ ਤੇ ਗੱਲ ਹੋ ਸਕਦੀ ਹੈ ਜਾਂ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਜਸਲੀਨ, ਹੁਣ ਵਿਦਆਊਟ ਆਇਲਸ ਕੰਟਰੀ ਬਾਰੇ ਮੈਂ ਉਹਨਾਂ ਦਾ ਰਿਸਪਾਂਸ ਵੀ ਪੁੱਛਣਾ ਚਾਹੁੰਦਾ। ਜਿਵੇਂ ਕੈਨੇਡਾ ਦਾ ਤੁਸੀਂ ਖੁਸ਼ਖਬਰੀ ਦਿੱਤੀ ਹੈ ਸਟੂਡੈਂਟਸ ਨੂੰ, ਬਹੁਤ ਵਧੀਆ ਰਿਸਪਾਂਸ ਹੈ। ਵਿਦਆਊਟ ਆਇਲਸ ਕੰਟਰੀ ਬਾਰੇ ਕੀ ਕਹਿਣਾ? ਵਿਦਆਊਟ ਆਇਲਸ ਇਸ ਟਾਈਮ ਤੇ ਪੋਲੈਂਡ ਬੱਚੇ ਅਪਲਾਈ ਕਰ ਸਕਦੇ ਨੇ। ਪੋਲੈਂਡ ਦਾ ਬਹੁਤ ਵਧੀਆ ਰਿਸਪਾਂਸ ਆ ਰਿਹਾ ਇਸ ਟਾਈਮ ਤੇ। ਅਗਰ ਮੈਂ ਵੇਖਦੀ ਹਾਂ 26 ਕੰਟਰੀ ਦੇ ਵਿੱਚ ਜਨਰਲ ਜਿਹੜਾ ਕਿ ਅਸੀਂ ਵੇਖ ਰਹੇ 26 ਕੰਟਰੀ ਦੇ ਵਿੱਚ ਸ਼ੈਨਿਗਨ ਕੰਟਰੀ ਦੇ ਵਿੱਚ ਅਗਰ ਮੈਂ ਵੇਖ ਰਹੀ ਹਾਂ ਤਾਂ ਪੋਲੈਂਡ ਦਾ ਇਸ ਸਮੇਂ ਪੋਜ਼ਿਟਿਵ ਰਿਜ਼ਲਟ ਹੈਗਾ ਤੇ ਨਾਲ ਹੀ ਬੱਚਿਆਂ ਦੀ ਜਿਹੜੀ ਲਾਈਫ ਹੈਗੀ ਹੈ ਬਹੁਤ ਵਧੀਆ ਹੈ ਤੇ ਸਟੱਡੀ ਜਿਹੜੀ ਹੈਗੀ ਹੈ ਬਹੁਤ ਵਧੀਆ, ਐਜੂਕੇਸ਼ਨ ਹੈਗੀ ਹੈ, ਪਲੱਸ ਅਗਰ ਮੈਂ ਵੇਖਦੀ ਹਾਂ ਤਾਂ ਫਿਊਚਰ ਬਹੁਤ ਵਧੀਆ ਸਿਕਿਓਰ ਹੈ। ਰੀਜ਼ਨ ਕੀ ਹੈ? 2 ਈਅਰ ਦੀ ਸਟੱਡੀ ਤੋਂ ਬਾਅਦ ਤੁਸੀਂ 2 ਈਅਰ ਦਾ ਜਿਹੜਾ ਕਿ ਆਪਣਾ ਵਰਕ ਪਰਮਿਟ ਲੈਂਦੇ ਹੋ, 5 ਈਅਰ ਅਗਰ ਕੰਟਰੀ ਦੇ ਵਿੱਚ ਸਟੇਅ ਕਰਦੇ ਹੋ ਤੇ ਅੱਗੇ ਤੁਸੀਂ PR ਅਪਲਾਈ ਕਰਨ ਲਈ ਐਲੀਜੀਬਲ ਹੋ ਜਾਂਦਾ ਹੈ। ਤੇ ਨਾਲ ਹੀ ਟਾਈਮ ਬਹੁਤ ਘੱਟ ਹੈ ਤਾਂ ਮੈਂ ਥੋੜ੍ਹਾ ਬਹੁਤ ਦੱਸਣਾ ਜਾਵਾਂਗੀ ਕਿ ਜਿਵੇਂ ਪੋਲੈਂਡ ਦੇ ਵਿੱਚ ਤੁਸੀਂ ਅਗਰ ਜਾ ਰਹੇ ਹੋ ਵਿਦਆਊਟ ਆਇਲਸ, 7 ਤੋਂ 8 ਲੱਖ ਫੰਡ ਸ਼ੋਅ ਕਰਕੇ ਘੱਟ ਫੀਸ ਦੇ ਨਾਲ ਗਵਰਨਮੈਂਟ ਰਿਕੋਗਨਾਈਜ਼ਡ ਕਾਲਜ ਦੇ ਵਿੱਚ ਜਾ ਸਕਦੇ ਹੋ। ਮੈਡੀਕਲ ਦੇ ਬੱਚੇ, ਹੋਟਲ ਲਾਈਨ ਦੇ ਸਟੂਡੈਂਟਸ ਦੇ ਬੱਚੇ ਤੇ ਬਿਜ਼ਨਸ ਲਾਈਨ ਦੇ ਬੱਚਿਆਂ ਲਈ ਬਹੁਤ ਅੱਛਾ ਮੌਕਾ ਹੈ ਇਸ ਟਾਈਮ ਤੇ। MNC ਕੰਪਨੀ ਜਿਹੜੀਆਂ ਤੁਹਾਡੀ ਉਹਨਾਂ ਗਵਰਨਮੈਂਟ ਕਾਲਜਸ ਦੇ ਵਿੱਚ ਆਉਂਦੀਆਂ ਨੇ, ਤੁਹਾਡੀ ਪਰਫਾਰਮੈਂਸ ਦੇਖ ਕੇ ਤੁਹਾਨੂੰ ਇੱਕ ਵਧੀਆ ਪਲੇਸਮੈਂਟ ਮਿਲ ਸਕਦੀ ਹੈ ਆਪਣੀ ਕੰਟਰੀ ਤੋਂ ਬਾਹਰ ਵੀ ਮਿਲ ਸਕਦੀ ਹੈ, ਕੈਨੇਡਾ, UK, ਜਾਂ ਤੁਸੀਂ ਅੱਗੇ ਜਿਹੜਾ ਮੂਵ ਆਨ ਹੋ ਸਕਦੇ ਹੋ D2D ਪ੍ਰੋਗਰਾਮ ਦੇ ਰਾਹੀਂ ਵੀ। ਮੈਂ ਕਹਾਂਗੀ ਕਿ ਇਸ ਸਮੇਂ ਜਿਹੜੀ ਓਪਰਚੁਨਿਟੀਜ਼ ਤੁਹਾਡੇ ਕੋਲ ਹੈਗੀਆਂ ਨੇ, ਸਾਡੇ ਵੱਲੋਂ ਅਸੀਂ ਉਹਨਾਂ ਕੰਟਰੀਜ਼ ਵਿੱਚ ਡੀਲ ਕਰਦੇ ਹਾਂ ਜਿੱਥੇ ਵੀਜ਼ਾ ਦੇ ਚਾਂਸਿਸ ਹੋਣ, ਪਲੱਸ ਅੱਗੇ ਬੱਚਿਆਂ ਜਿਹੜਾ ਭਵਿੱਖ ਹੈਗਾ ਉਹ ਸੇਫ ਹੋਵੇ।
ਕਿਸ ਤਰ੍ਹਾਂ ਦੇ ਕੋਰਸਿਸ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਫਾਈਲ ਦੇ ਵੀਜ਼ਾਸ ਆ ਰਹੇ ਨੇ ਪੋਲੈਂਡ ਦੇ? ਪੋਲੈਂਡ ਦੇ ਵਿੱਚ ਜਿਹਨਾਂ ਬੱਚਿਆਂ ਦੇ 3-3 ਸਾਲ ਦਾ ਗੈਪ ਹੈਗਾ ਉਹਨਾਂ ਬੱਚਿਆਂ ਦੇ ਵੀਜ਼ਾਸ ਵੀ ਆ ਰਹੇ ਨੇ, ਪਰਸੈਂਟੇਜ ਲੋ ਸੀਗੀ, ਆਈਲੈਟਸ ਕੀਤੀ ਹੋਈ ਹੈ ਤਾਂ ਵੀ ਬੱਚੇ ਪੋਲੈਂਡ ਦੇ ਵਿੱਚ ਜਾਣਾ ਚਾਹੁੰਦੇ ਨੇ। ਆਈਲੈਟਸ ਦੀ ਰਿਕੁਆਇਰਮੈਂਟ ਨਾ ਹੋਣ ਦਾ ਕਾਰਨ ਹੈ ਕਿ ਵਿਦਾਊਟ ਇੰਗਲਿਸ਼ ਕੰਟਰੀ ਹੈਗੀ ਹੈ, ਤੁਸੀਂ ਜਿਹੜਾ ਕਿ ਤੁਹਾਡੀ ਲੈਂਗੁਏਜ ਹੈਗੀ ਆ ਉਹ ਪੋਲਿਸ਼ ਲੈਂਗੁਏਜ ਹੈ, ਪਰ ਤੁਸੀਂ ਇੰਗਲਿਸ਼ ਦੇ ਵਿੱਚ ਸਟੱਡੀ ਕਰ ਸਕਦੇ ਹੋ, ਬੋਲ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਉੱਥੇ ਦੀ ਲੈਂਗੁਏਜ ਸਿੱਖਦੇ ਹੋ ਤਾਂ ਪਲੱਸ ਪੁਆਇੰਟ ਹੈ ਅੱਗੇ। ਅਤੇ ਨਾਲ ਹੀ ਅਗਰ ਮੈਂ ਕਹਾਂਗੀ ਜਿੱਥੇ ਕੰਟਰੀ ਦੀ ਲੈਂਗੁਏਜ ਪੋਲਿਸ਼ ਉੱਥੇ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ ਮੰਗੀ ਗਈ ਹੈ, ਪਰ ਅਗਰ ਤੁਸੀਂ ਆਈਲੈਟਸ ਕੀਤੀ ਹੋਈ ਹੈ ਤੇ ਉਹ ਪਲੱਸ ਪੁਆਇੰਟ ਹੀ ਹੈ ਬਿਕਾਜ਼ ਤੁਸੀਂ ਉੱਥੇ ਇੰਗਲਿਸ਼ ਦੇ ਵਿੱਚ ਪੜ੍ਹਨ ਜਾ ਰਹੇ ਹੋ। ਪਰ ਵਿਦਆਊਟ ਆਈਲੈਟਸ ਜਾ ਰਹੇ ਹੋ ਤੇ ਕੰਟਰੀ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਕਿ ਤੁਸੀਂ ਆਈਲੈਟਸ ਕਰਨੀ ਜ਼ਰੂਰੀ ਹੈ, ਤੁਸੀਂ ਵਿਦਆਊਟ ਆਈਲੈਟਸ ਅਪਲਾਈ ਕਰ ਸਕਦੇ ਹੋ ਬਿਕਾਜ਼ ਪਲੱਸ ਟੂ ਤੁਹਾਡੀ ਇੰਗਲਿਸ਼ ਮੀਡੀਅਮ ਤੋਂ ਹੋਈ ਹੋਈ ਹੈ, ਜਾਂ ਫਿਰ ਤੁਸੀਂ ਅਗਰ ਇੰਗਲਿਸ਼ ਮੀਡੀਅਮ ਤੋਂ ਨਹੀਂ ਕੀਤੀ ਹੋਈ ਤੁਹਾਡਾ ਆਪਣਾ ਬੋਲਣ ਜਿਹੜਾ ਸਮਝਣ ਦਾ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਜਿਹੜਾ ਹੈਗਾ ਵਧੀਆ ਹੈਗਾ, ਤੇ ਨਾਲ ਹੀ ਜਿਹੜੇ ਕਮਿਊਨੀਕੇਸ਼ਨ ਤੁਹਾਡੇ ਵਧੀਆ ਹੈਗੇ ਨੇ, ਇੰਗਲਿਸ਼ ਦੇ ਵਿੱਚ ਪਰਸੈਂਟੇਜ ਤੁਹਾਡੀ ਵਧੀਆ ਹੈਗੀ ਹੈ, ਮਤਲਬ ਕੁਝ ਵੀ ਰੀਜ਼ਨ ਹੋ ਸਕਦਾ, ਤੁਹਾਡਾ ਪ੍ਰੋਫਾਈਲ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਜਜਮੈਂਟ ਆਫ ਕਮਿਊਨੀਕੇਸ਼ਨ ਕਿਵੇਂ ਕੀਤੀ ਜਾਏਗੀ? ਇੰਟਰਵਿਊ ਲਈ ਜਾਂਦੀ ਹੈ ਜਾਂ ਕੀ ਪ੍ਰੋਸੀਜਰ ਹੁੰਦਾ? ਸਰ ਜਦੋਂ ਬੱਚਾ ਸਾਡੇ ਕੋਲ ਫਸਟ ਟਾਈਮ ਆਉਂਦਾ ਉਹਦੇ ਡਾਕੂਮੈਂਟੇਸ਼ਨ ਅਸੀਂ ਚੈੱਕ ਕਰ ਰਹੇ ਹੁੰਦੇ ਆ ਤੇ ਅਸੀਂ ਬੱਚਿਆਂ ਨਾਲ ਗੱਲ ਕਰ ਰਹੇ ਹੁੰਦੇ ਆ, ਸਾਨੂੰ ਕਿਤੇ ਇਹਦੇ ਜਜਮੈਂਟ ਹੋ ਜਾਂਦੇ ਕਿ ਬੱਚਾ ਪੋਲੈਂਡ ਦੇ ਵਿੱਚ ਅਪਲਾਈ ਕਰਨ ਲਈ ਐਲੀਜੀਬਲ ਹੈਗਾ ਕਿ ਨਹੀਂ ਹੈਗਾ, ਕਮਿਊਨੀਕੇਸ਼ਨ ਲੈਵਲ ਉਸ ਦਾ ਹੈਗਾ, ਉਸ ਅਕੋਰਡਿੰਗ ਹੈਗਾ ਕਿ ਨਹੀਂ ਹੈਗਾ, ਤੇ ਉਸ ਸਮੇਂ ਜਿਹੜਾ ਬੱਚਾ ਨੂੰ ਡਿਟੇਲ ਵਿੱਚ ਸਭ ਕੁਝ ਦੱਸਿਆ ਵੀ ਜਾਂਦਾ, ਕਲੀਅਰ ਵੀ ਕੀਤਾ ਜਾਂਦਾ, ਕੰਟਰੀ ਬਾਰੇ ਵੀ ਦੱਸਿਆ ਜਾਂਦਾ ਤੇ ਆਪਸ਼ਨਸ ਬਾਰੇ ਵੀ ਦੱਸਿਆ ਜਾਂਦਾ ਕਿ ਉਹਨਾਂ ਨੂੰ ਅੱਗੇ ਕਿਵੇਂ ਕਿਵੇਂ ਦੀ ਜਿਹੜੀ ਫੈਸਿਲਿਟੀਜ਼ ਮਿਲ ਸਕਦੀਆਂ ਨੇ। ਹੁਣ ਜਿਹੜੇ ਬੱਚੇ ਆਲਰੇਡੀ ਪੋਲੈਂਡ ਦੇ ਵੀਜ਼ਾਸ ਲੈ ਚੁੱਕੇ ਨੇ, ਮੈਂ ਉਹਨਾਂ ਦੀ ਪ੍ਰੋਫਾਈਲ ਬਾਰੇ ਥੋੜਾ ਜਿਹਾ ਜਾਣਨਾ ਚਾਹੁੰਦਾ, ਕਿਸ ਤਰ੍ਹਾਂ ਦੀ ਪ੍ਰੋਫਾਈਲ ਸੀਗੀਆਂ, ਜਿਵੇਂ ਆਪਾਂ ਕੈਨੇਡਾ ਦੀਆਂ ਦਿਖਾਈਆਂ ਨੇ, ਉਹਨਾਂ ਦੀ ਪ੍ਰੋਫਾਈਲਸ ਕਿਸ ਤਰ੍ਹਾਂ ਦੀਆਂ? ਸਰ ਪੋਲੈਂਡ ਦੇ ਕੁਝ ਬੱਚਿਆਂ ਦੇ ਵੀਜ਼ਾਸ ਆਏ ਸੀ ਜਿਹੜੇ ਅਸੀਂ ਪਹਿਲਾਂ ਸ਼ੋਅਜ਼ ਦੇ ਵਿੱਚ ਦਿਖਾਏ ਵੀ ਸੀਗੇ ਕੁਝ ਟਾਈਮ ਪਹਿਲਾਂ, ਤੇ ਇਸ ਸਮੇਂ ਬੜੇ ਵਧੀਆ ਰਿਜ਼ਲਟ ਆ ਰਹੇ ਨੇ ਪੋਲੈਂਡ ਦੇ। ਜੇ ਪੋਲੈਂਡ ਦੀ ਮੈਂ ਗੱਲ ਕਰ ਰਹੀ ਹਾਂ ਤੇ ਪ੍ਰੋਫਾਈਲ ਜਿਹੜਾ ਤੁਹਾਡਾ ਹੋਣਾ ਚਾਹੀਦਾ ਪਲੱਸ ਟੂ ਪਾਸ ਹੋਣਾ ਚਾਹੀਦਾ, ਤੁਹਾਡਾ ਅਗਰ 2-3 ਸਾਲ ਦਾ ਗੈਪ ਹੈਗਾ ਤਾਂ ਅਸੈਪਟੇਬਲ ਹੈ, ਤੁਸੀਂ ਉਹਦੇ ਵਿੱਚ ਕੋਈ ਜੋਬ ਜਾਂ ਕੋਈ ਵੀ ਕੋਰਸ ਕੀਤਾ ਹੋਇਆ ਤੁਸੀਂ ਦਿਖਾ ਸਕਦੇ ਹੋ। ਜਿਹੜੇ ਬੱਚਿਆਂ ਦੇ ਵੀਜ਼ਾਸ ਆਏ ਸੀ ਉਹਨਾਂ ਦੇ 2-2-3-3 ਸਾਲ ਦੇ ਗੈਪ ਵੀ ਸੀਗੇ, ਪਲੱਸ ਉਹਨਾਂ ਦੀ ਜਿਹੜੀ ਜਿਹੜਾ ਕਿ ਆਈਲੈਟਸ ਨਹੀਂ ਕੀਤੀ ਹੋਈ ਸੀ, ਕਿਉਂਕਿ ਮੋਸਟਲੀ ਜਿਹੜੇ ਬੱਚੇ ਹੈਗੇ ਨੇ ਵਿਦਾਊਟ ਆਈਲੈਟਸ ਹੀ ਅਪਲਾਈ ਕਰ ਲੈਂਦੇ ਕਿਉਂਕਿ ਆਈਲੈਟਸ ਦੀ ਰਿਕੁਆਇਰਮੈਂਟ ਨਹੀਂ ਹੈ, ਇੰਗਲਿਸ਼ ਵਧੀਆ ਤਾਂ ਵੀ ਆਈਲੈਟਸ ਕਰਦੇ ਨਹੀਂ ਹੈ, ਤੇ ਕਾਫੀ ਸਟੂਡੈਂਟਸ ਦਾ ਜਿਹੜਾ ਡ੍ਰੀਮ ਹੁੰਦਾ ਉਹ ਹੁੰਦਾ ਹੀ ਇੱਕ ਸ਼ੈਨਗਨ ਕੰਟਰੀ ਹੈ, ਤੇ ਪੋਲੈਂਡ ਦੇ ਵਿੱਚ ਜਿਹੜੀ ਆਪਸ਼ਨਸ ਤੁਹਾਨੂੰ ਮਿਲ ਰਹੀਆਂ ਨੇ ਬਹੁਤ ਵਧੀਆ ਮਿਲ ਰਹੀਆਂ ਨੇ ਇਸ ਟਾਈਮ ਤੇ। ਤੇ ਪ੍ਰੋਫਾਈਲ ਅਗਰ ਵੇਖਦੀ ਹਾਂ ਤੇ ਕੁਝ ਪ੍ਰੋਫਾਈਲ ਸੀਗੇ ਜਿਨ੍ਹਾਂ ਦੀ ਰਿਫਿਊਜ਼ਲਸ ਆਈਆਂ ਹੋਈਆਂ ਸੀਗੀਆਂ ਤੇ ਦੁਬਾਰਾ ਪੋਲੈਂਡ ਦੇ ਵਿੱਚ ਅਪਲਾਈ ਕੀਤਾ ਤੇ ਵੀਜ਼ਾ ਆ ਗਿਆ, ਤੇ ਇਸ ਅਕੋਰਡਿੰਗ ਕੁਝ ਪ੍ਰੋਫਾਈਲ ਸੀਗੇ ਜਿਨ੍ਹਾਂ ਨੇ ਆਪਣਾ ਕੀ ਸਟੱਡੀ ਕੀਤੀ, ਗੈਪ ਦੇ ਦਿੱਤਾ, ਫਿਰ ਸਟੱਡੀ ਦੁਬਾਰਾ ਸ਼ੁਰੂ ਕਰਤੀ ਸੀਗੀ, ਦੁਬਾਰਾ ਗ੍ਰੈਜੂਏਸ਼ਨ ਕੀਤੀ, ਤੇ ਉਹ ਬੱਚਿਆਂ ਨੇ ਵੀ ਅਪਲਾਈ ਕੀਤਾ ਤੇ ਵੀਜ਼ਾਸ ਆ ਗਏ ਨੇ। ਤੇ ਪ੍ਰੋਫਾਈਲ ਟੂ ਪ੍ਰੋਫਾਈਲ ਦੇ ਨਾਲ ਪਲੱਸ ਤੁਹਾਡੇ ਹੋਰ ਡਾਕੂਮੈਂਟਸ ਵੇਖਣਾ ਹੀ ਬਹੁਤ ਜ਼ਰੂਰੀ ਹੈ ਕਿ ਫੰਡਸ ਤੁਸੀਂ ਕਿਵੇਂ ਸ਼ੋਅ ਕਰ ਰਹੇ ਹੋ, ਪੂਰੀ ਡਿਟੇਲਸ ਜਿਹੜੀਆਂ ਨਾਲ ਲੱਗਦੀਆਂ ਨੇ, PCC ਲੱਗਣਾ, ਮੈਡੀਕਲ ਨਾਲ ਲੱਗਣਾ, ਉਹ ਸਾਰੇ ਡਾਕੂਮੈਂਟਸ ਜਿਹੜੇ ਤੁਹਾਡੇ ਲੱਗਣਗੇ ਕੰਪਲੀਟ ਫਾਈਲ, ਕਿਉਂਕਿ ਅਗਰ ਇੱਕ ਵੀ ਡਾਕੂਮੈਂਟ ਤੁਹਾਡਾ ਜਿਹੜਾ ਸਹੀ ਤਰੀਕੇ ਨਾਲ ਅਕੋਰਡਿੰਗ ਟੂ ਚੈੱਕਲਿਸਟ ਨਹੀਂ ਹੁੰਦਾ ਤੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਕੋਈ ਵੀ ਮੰਦ ਵਿੱਚ ਸਵਾਲ ਐਸਾ ਜੋ ਮੈਂ ਨਹੀਂ ਸਾਂਝਾ ਕਰ ਪਾਇਆ ਜਸਲੀਨ ਦੇ ਨਾਲ, ਤੁਸੀਂ ਸਿੱਧਾ ਰਾਬਤਾ ਇਹਨਾਂ ਦਾ ਕਰ ਸਕਦੇ ਹੋ। ਸ਼ੋਅ ਦਾ ਸਮਾਂ ਬਹੁਤ ਥੋੜ੍ਹਾ ਰਹਿ ਗਿਆ, ਮੈਂ ਜਾਂਦੇ ਜਾਂਦੇ ਇੱਕ ਮੈਸੇਜ ਜ਼ਰੂਰ ਜਸਲੀਨ ਵੱਲੋਂ ਲੈਣਾ ਚਾਹੁੰਦਾ, ਜਿਹੜੀ ਗੱਲ ਮੈਂ ਨਹੀਂ ਸਾਂਝੀ ਕਰ ਪਾਇਆ ਤੁਸੀਂ ਚਾਹੁੰਦੇ ਹੋ ਸਟੂਡੈਂਟਸ ਲਈ ਜਾਣੀ ਜ਼ਰੂਰੀ ਹੈ? ਮੈਂ ਸਟੂਡੈਂਟਸ ਨੂੰ ਇਹ ਕਹਾਂਗੀ, ਦੇਖੋ ਕੰਟਰੀ ਸਾਰੀ ਵਧੀਆ ਹੁੰਦੀਆਂ ਨੇ, ਤੁਸੀਂ ਅਗਰ ਕੈਨੇਡਾ ਜਾ ਰਹੇ ਹੋ, ਚਾਹੇ ਪੋਲੈਂਡ ਜਾ ਰਹੇ ਹੋ, ਚਾਹੇ ਤੁਸੀਂ ਸਿੰਗਾਪੁਰ ਜਾ ਰਹੇ ਹੋ, ਤੁਸੀਂ ਇਹ ਵੇਖਣਾ ਕਿ ਤੁਹਾਡੀ ਐਲੀਜੀਬਿਲਟੀ ਕਿਸ ਕੰਟਰੀ ਵਿੱਚ ਬਣ ਰਹੀ ਹੈ। ਅਪਲਾਈ ਤੁਸੀਂ ਕਿਤੇ ਵੀ ਕਰ ਸਕਦੇ ਹੋ, ਪਰ ਵੀਜ਼ਾ ਆਉਣਾ ਜ਼ਰੂਰੀ ਹੈ, ਤੇ ਇਹ ਵੇਖੋ ਕਿ ਤੁਹਾਡਾ ਵੀਜ਼ਾ ਕਿਸ ਕੰਟਰੀ ਵਿੱਚ ਆ ਸਕਦਾ ਹੈ। ਜਿਸ ਕੰਟਰੀ ਵਿੱਚ ਤੁਹਾਡੇ ਵੀਜ਼ਾ ਆਉਣ ਦੇ ਚਾਂਸਿਸ ਜ਼ਿਆਦਾ ਹੈਗੇ ਨੇ, ਉਸੇ ਕੰਟਰੀ ਵਿੱਚ ਤੁਸੀਂ ਫਾਈਲ ਆਪਣੀ ਅਪਲਾਈ ਕਰੋ। ਕਈ ਵਾਰ ਹੁੰਦਾ, ਮੇਰੇ ਜਿਹੜੇ ਸਟੂਡੈਂਟਸ ਇਸ ਸਮੇਂ ਦੇਖ ਰਹੇ ਨੇ, ਉਹ ਆਉਂਦੇ ਨੇ ਸਾਡੇ ਕੋਲ, ਮੈਂ ਉਹਨਾਂ ਨੂੰ ਮਨਾ ਕਰ ਦਿੰਦੀ ਹਾਂ ਵੀ ਤੁਸੀਂ ਕੈਨੇਡਾ ਨਹੀਂ ਜਾ ਸਕਦੇ ਹੋ, ਤੇ ਉਹ ਨਿਰਾਸ਼ ਹੋ ਕੇ ਦੂਜੀ ਫਾਈਲ ਕਿਤੇ ਹੋਰ ਲਾਉਂਦੇ ਆ, ਰਿਫਿਊਜ਼ਲ ਆਉਂਦੀ ਹੈ, ਫਿਰ ਸਾਡੇ ਕੋਲ ਆਉਂਦੇ ਨੇ, ਤੇ ਮੈਂ ਕਹਾਂਗੀ ਤੁਸੀਂ ਟਰਾਈ ਜ਼ਰੂਰ ਕਰਦੇ ਨੇ। ਮੈਂ ਸਟੂਡੈਂਟਸ ਨੂੰ ਕਹਾਂਗੀ ਆਪਣਾ ਪ੍ਰੋਫਾਈਲ ਖਰਾਬ ਕਰਦੇ ਹੋਏ ਨਾ ਕਰਦੇ ਹੋਏ, ਤੁਸੀਂ ਜੋ ਤੁਹਾਨੂੰ ਇੱਕ ਵਧੀਆ ਸਲਾਹ ਦਿੱਤੀ ਜਾਂਦੀ ਹੈ ਉਹਨੂੰ ਜ਼ਰੂਰ ਮੰਨੋ, ਬਿਕਾਜ਼ ਸਾਡਾ ਵੀ ਜਿਹੜਾ ਮਕਸਦ ਹੈ ਤੁਹਾਡਾ ਵੀਜ਼ਾ ਆਉਣਾ, ਅਗਰ ਮੈਨੂੰ ਲੱਗਦਾ ਹੈ ਕਿ ਤੁਹਾਡੀ ਫਾਈਲ ਵਿੱਚ 50% ਚਾਂਸਿਸ ਵੀ ਹੈਗੇ ਨੇ ਕੈਨੇਡਾ ਅਪਲਾਈ ਕਰਨ ਲਈ, ਤੇ ਮੈਂ ਜ਼ਰੂਰ ਕਰਦੀ ਹਾਂ। ਜੇ ਮੈਨੂੰ ਲੱਗ ਰਿਹਾ ਕਿ ਮੈਨੂੰ ਸਾਹਮਣੇ ਦਿਖ ਰਿਹਾ ਕਿ ਤੁਹਾਡੀ 99% ਤੁਹਾਡੀ ਫਾਈਲ ਜਿਹੜੀ ਹੈਗੀ ਉਹ ਪੋਲੈਂਡ ਲਈ ਜ਼ਿਆਦਾ ਸੂਟੇਬਲ ਹੈ ਜਾਂ ਸਿੰਗਾਪੁਰ ਲਈ ਜ਼ਿਆਦਾ ਸੂਟੇਬਲ ਹੈ, ਤੇ ਮੈਂ ਤੁਹਾਨੂੰ ਉਹਨਾਂ ਕੰਟਰੀਜ਼ ਲਈ ਦੱਸ ਰਹੀ ਹਾਂ। ਮਤਲਬ ਜਿੱਥੇ ਪਰਸੈਂਟੇਜ ਵੱਧਦੇ ਚਾਂਸਿਸ ਨੇ ਉਹ ਬੱਚੇ ਨੂੰ ਗਾਈਡ ਕੀਤਾ? ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਜਸਲੀਨ ਦੇ ਸ਼ੋਅ ਦੇ ਵਿੱਚ ਆਉਣ ਲਈ, ਤੇ ਉਮੀਦ ਕਰਦੇ ਹਾਂ ਤੁਹਾਡੇ ਲਈ ਅੱਜ ਜਾਣਕਾਰੀ ਜਿਹੜੀ ਹੈ